सैडली इनफ दुनिया भी आजकल कुछ फिल्म बंदियां ने, यू नो दे आर वेरी सुपरफिशियल एंड एंटरटेनिंग एंड ऑल दैट. कोई भी स्पेस एंड टाइम च की हो रहा है, साढ़े मुद्दे की ने, उदी कोई गल नहीं करता है. तो यह पर्टिकुलर फिल्म जी दिल्ली च हैगी है, तिलक विहार जी कॉलोनी है, जिन्होंने कि कॉलोनी भी कहा जाता है. हाँ, तो उन्होंने उत्थे जी लेडीज रह रही ने उन्होंने लाइफ से आधारित है. तो मेरे वास्ते बड़ा मतलब सगा मैं लगता है कि सू तो छोटी छोटी जी सट भी लग जाती है तो असं इन्ने परेशान हो जाने. तो यह लेडीज जीडिया ने इन्होंने अंदर इन्नी हिम्मत हैगी है, रब ने इन्हों इन्नी बख्शिश दी है कि इन्ने स्ट्रोंगली जिंदा ने और अपना फैमिलीज को देख रही ने. वो इस पर्टिकुलर फिल्म के नाल ना दो वैल्यूज जुड़िया हुई ने स्टार्टिंग फ्रॉम द वेरी बिगनिंग. एक है ट्रुथ सच और दूसरा जस्टिस, सच और न्याय. तो जिस तरह कोई भी जी लेडी होंगी है जो जिन्हें इन्ना कुछ देखा हरसा कुलदीप कौर ने अपने हसबेंड को अपने सामने मरदिया होया देखा और अपने बच्चों को लेकर उतों भज गई. जो तुम हरबंश कौर में इंट्रोड्यूस करते हो तो वो ये गल उ लाशा की गल हो रही है, लेडीज़ गल कर रहे हैं तो वो लाशा की गल कर रहे हैं कि इन्ने हज़ार लाशा कि मैनेज किया गया. ਜਿਹੜੇ ਅਟੈਕ ਕਰਨ ਵਾਲੇ ਸੀ ਦੰਗਾਈ ਲੋਕ ਉਹ ਸਾਰੇ ਬਾਹਰੋਂ ਹੀ ਆਏ ਸੀ. 90% ਆਫ ਦੈਮ ਵਰ ਫਰੋਮ ਆਊਟਸਾਈਡ, ਸਮ ਆਫ ਦੈਮ ਵਰ ਫਰੋਮ ਨੇਬਰਹੁਡ ਐਸ ਵੈਲ. ਜਦ ਦਿਨ ਦਹਾੜੇ ਇਹੋ ਜਿਹਾ ਸਭ ਚੀਜ਼ਾਂ ਹੋਇਆ ਤੇ ਮੈਨੂੰ ਐਸਾ ਲੱਗਿਆ ਕਿ ਇਹ ਉਹ ਦਿਨ ਹੋਣ ਕੇ ਜਦ ਸੂਰਜ ਆਇਆ ਹੀ ਨਹੀਂ ਹੋਏਗਾ. ਮਤਲਬ ਸਿੰਬੋਲਿਕਲੀ ਸੂਰਜ ਵਾਸ ਨੋਟ ਦੇ, ਸਨ ਵਾਸ ਨੋਟ ਦੇ, ਕਿਉਂਕਿ ਸਨ ਹੁੰਦਾ ਚਾਨਣ ਹੁੰਦਾ ਤੇ ਇੰਨਾ ਇਨਜਸਟਿਸ ਨਹੀਂ. ਅੱਜ ਦੀ ਵਿਚਾਰ ਚਰਚਾ ਦੇ ਵਿੱਚ ਤੁਹਾਡਾ ਸਵਾਗਤ ਹੈ, ਮੈਂ ਗੁਰਸ਼ਮਸ਼ੀਰ ਸਿੰਘ. ਇਸ ਲੜੀ ਦੀ ਇੱਕ ਹੋਰ ਐਪੀਸੋਡ ਲੈ ਕੇ ਅਸੀਂ ਤੁਹਾਨੂੰ ਮੁਖਾਤਬ ਹਾਂ. 1984 ਨਵੰਬਰ ਦੀ ਜਿਹੜੀ ਸਿੱਖ ਨਸਲਕੁਸ਼ੀ ਹੋਈ ਸੀ ਉਸ ਨੂੰ ਸਮਰਪਿਤ, 37ਵੀਂ ਵਰੇਗੰਢ ਨੂੰ ਸਮਰਪਿਤ ਅਸੀਂ ਇਹ ਲੜੀ, ਵਿਸ਼ੇਸ਼ ਲੜੀ ਤੁਹਾਡੇ ਸਨਮੁੱਖ ਲੈ ਕੇ ਆ ਰਹੇ ਹਾਂ. ਇਸ ਦੇ ਵਿੱਚ ਅਸੀਂ ਵੱਖ ਵੱਖ ਜਿਹੜੇ ਲੋਕ ਨੇ, ਚਾਹੇ ਉਹ ਵਿਕਟਮ ਨੇ ਜਾਂ ਜਿਹੜੇ ਲੇਖਕ ਨੇ, ਫਿਲਮ ਸਾਜ਼ ਨੇ, ਜਿਹੜੇ ਵੀ ਲੋਕਾਂ ਨੇ ਇਸ ਇਸ਼ੂ 'ਤੇ ਰਿਸਰਚ ਕੀਤੀ ਹੈ ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰਦੇ ਹਾਂ. ਅੱਜ ਅਸੀਂ 1984 ਦਾ ਜਿਹੜਾ ਸਾਨਾ ਹੋਇਆ ਸੀਗਾ ਨਵੰਬਰ ਦਾ, ਉਸ ਦੀ ਗੱਲ ਜਿਹੜੀ ਆ ਸਿਨੇਮੇ ਦੇ ਹਵਾਲੇ ਨਾਲ ਕਰਾਂਗੇ, ਕਿਉਂਕਿ 20th ਸੈਂਚਰੀ ਦੇ ਸ਼ੁਰੂ ਦੇ ਵਿੱਚ ਜਦੋਂ ਜਿਹੜਾ ਸਿਨੇਮਾ ਵਰਲਡ ਦੇ ਸਟੇਜ 'ਤੇ ਇੰਟਰੋਡਿਊਸ ਹੁੰਦਾ ਤਾਂ ਅਸੀਂ ਦੇਖਿਆ ਕਿ ਚਾਹੇ ਉਹ ਫਸਟ ਵਰਲਡ ਵਾਰ ਹੋਵੇ, ਚਾਹੇ ਸੈਕਿੰਡ ਵਰਲਡ ਵਾਰ ਹੋਵੇ, ਚਾਹੇ ਹੋਲੋਕੋਸਟ ਹੋਵੇ, ਤਾਂ ਉਹ ਸਾਰੇ ਜਿਹੜੇ ਵੱਡੇ ਸਾਨੇ ਰਹੇ ਨੇ ਦੁਨੀਆ ਦੇ ਵਿੱਚ ਉਹਨਾਂ ਨੂੰ ਸਿਨੇਮੇ ਦੇ ਪਰਦੇ ਦੇ ਉੱਤੇ ਪੇਸ਼ ਕੀਤਾ ਗਿਆ. ਪਰ ਆਪਾਂ ਦੇਖੀਏ ਕਿ ਹੋਲੋਕੋਸਟ ਦੇ ਰਿਗਾਰਡਿੰਗ ਬਹੁਤ ਸਾਰੀਆਂ ਜਿਹੜੀਆਂ ਮੂਵੀਜ਼ ਨੇ ਉਹ ਮੰਜ਼ਰੇ ਆਮ 'ਤੇ ਆਈਆਂ ਨੇ. ਤਾਂ ਅਸੀਂ ਦਾ ਪਿਆਨਿਸਟ ਦੀ ਗੱਲ ਕਰ ਸਕਦੇ ਹਾਂ, ਦਾ ਬਿਊਟੀਫੁਲ ਲਾਈਫ ਦੀ ਗੱਲ ਕਰ ਸਕਦੇ ਹਾਂ, ਦਾ ਬੋਇਜ਼ ਵਿਦ ਸਟ੍ਰਿਪ ਪਜਾਮਾ ਦੀ ਗੱਲ ਕਰ ਸਕਦੇ ਹਾਂ. ਤਾਂ ਹੋਲੋਕੋਸਟ ਨੂੰ ਜਿਹੜੀ ਜੂਇਸ਼ ਨਸਲਕੁਸ਼ੀ ਹੋਈ ਹੈ ਉਸ ਦਾ ਕਾਫੀ ਜ਼ਿਕਰ ਜਿਹੜਾ ਹੈਗਾ ਸਿਨੇਮੇ ਦੇ ਪਤਲ 'ਤੇ ਕੀਤਾ ਗਿਆ. ਪਰ ਜਦੋਂ 1984 ਦੀ ਜਿਹੜੀ ਸਿੱਖ ਜੀਨੋਸਾਈਡ ਹੈ ਉਸ ਦੀ ਗੱਲ ਆਉਂਦੀ ਹੈ ਤਾਂ ਬਹੁਤ ਥੋੜ੍ਹੇ ਇਸ ਕਿਸਮ ਦੇ ਤਰੱਦਦ ਨੇ ਜਿਹੜੇ ਹੋਏ ਨੇ, ਕਿਉਂਕਿ ਇੰਡੀਆ ਦੇ ਵਿੱਚ ਜਿਹੜੀ ਇੱਕ ਸੈਂਸਰ ਬੋਰਡ ਦਾ ਸਿਸਟਮ ਹੈ ਉਸ ਦੇ ਕਰਕੇ ਵੀ ਦਿੱਕਤਾਂ ਨੇ, ਅਤੇ ਬਹੁਤ ਸਾਰੇ ਇੱਕ ਟ੍ਰੇਨਡ ਜਿਹੜੇ ਪ੍ਰੋਫੈਸ਼ਨਲ ਫਿਲਮ ਮੇਕਰ ਨੇ ਉਹਨਾਂ ਦੀ ਵੀ ਕਿਤੇ ਕਿਤੇ ਨਾ ਕਿਤੇ ਕਮੀ ਹੈਗੀ ਹੈ. ਤਾਂ ਅਸੀਂ ਦੇਖਿਆ ਕਿ ਹਵਾਏ ਇੱਕ ਫਿਲਮ ਬਣਾਈ ਗਈ ਸੀ, ਹਵਾਏ ਫਿਲਮ ਪੰਜਾਬੀ ਦੇ ਵਿੱਚ ਬਣੀ ਸੀ, ਅਮਤੋਜ਼ ਮਾਨ ਉਹਨਾਂ ਦੀ ਫਿਲਮ ਬਣਾਈ ਗਈ ਸੀ, ਫਿਰ ਅਮੂ ਫਿਲਮ ਜਿਹੜੀ ਸੀ ਉਹ ਆਈ ਸੀ ਸੈਂਸਰ ਬੋਰਡ ਦੇ ਨਾਲ, ਉਹਨਾਂ ਦਾ ਜਿਹੜਾ ਹੈਗਾ ਇੱਕ ਕਜ਼ੀਆ ਵੀ ਰਿਹਾ ਸੀਗਾ ਉਸ ਗੱਲ ਨੂੰ ਲੈ ਕੇ. ਤਾਂ ਇਹ ਸਿਨੇਮਾ ਕਿਸ ਤਰ੍ਹਾਂ ਉਸ ਸਾਨੇ ਨੂੰ ਰਿਪ੍ਰਜੈਂਟ ਕਰਦਾ ਹੈ, ਕਲਾ ਦਾ ਕੀ ਰੁੱਖ ਹੁੰਦਾ, ਇਸ ਦੇ ਉੱਤੇ ਤਰੱਦਦ ਜਿਹੜੇ ਨੇ ਫਿਲਮ ਸਾਜ਼ ਲਗਾਤਾਰ ਕਰਦੇ ਰਹਿੰਦੇ ਨੇ. ਤਾਂ 1984 ਦੇ ਹਵਾਲੇ ਨਾਲ ਇੱਕ ਅਜਿਹਾ ਤਰੱਦਦ ਕੀਤਾ ਗਿਆ ਤੀਨਾ ਕੌਰ ਪਸਰੀਚਾ ਵੱਲੋਂ. ਇਹ ਇੰਡੀਪੈਂਡੈਂਟ ਫਿਲਮ ਮੇਕਰ ਨੇ, ਬੰਬੇ ਦੇ ਵਿੱਚ ਬੇਸ ਕਰਦੇ ਨੇ. ਤਾਂ ਇਹਨਾਂ ਨੇ ਫਿਲਮ ਬਣਾਈ ਹੈ 1984 ਵੈਨ ਦਾ ਸਨ ਡਿਡਨਟ ਰਾਈਜ਼. ਇਹ ਨੈਸ਼ਨਲ ਅਵਾਰਡ ਵਿਨਿੰਗ ਡਾਕੂਮੈਂਟਰੀ ਫਿਲਮ ਹੈ, 56 ਮਿੰਟ ਦੀ ਫਿਲਮ ਹੈ. ਤਾਂ ਉਸ ਸਾਰੇ ਸਾਨੇ ਨੂੰ ਇਹਨਾਂ ਨੇ ਡਿਪਿਕਟ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਜੋ ਵਿਕਟਮਸ ਦੇ ਹਵਾਲੇ ਨਾਲ ਜੋ ਉੱਥੇ ਜਾ ਕੇ ਇਹਨਾਂ ਨੇ ਜੋ ਦੇਖਿਆ ਉਸਨੂੰ ਰਿਕਾਰਡ ਕਰਨ ਦੀ ਕੋਸ਼ਿਸ਼ ਕੀਤੀ ਹੈ. ਉਹ ਜਿਹੜੇ ਜਜ਼ਬਾਤ ਨੇ, ਜਿਹੜੇ ਹਾਲਾਤ ਨੇ ਜਿਨ੍ਹਾਂ ਦੇ ਵਿੱਚ ਉਹ ਸਾਰੇ ਵਿਕਟਮਸ ਰਹਿ ਰਹੇ ਨੇ, ਅਤੇ ਜਦੋਂ ਪਛਾਣ ਜਿਹੜੀ ਆ ਉਹ ਤੁਹਾਡੇ ਕਰੈਕਟਰ ਨੂੰ ਤੈਅ ਕਰੇ, ਤਾਂ ਇਹ ਫਿਲਮ ਇਸ ਕਿਸਮ ਦੇ ਸਵਾਲਾਂ ਨਾਲ ਜੂਝਦੀ ਪ੍ਰਤੀਤ ਹੁੰਦੀ ਹੈ. ਅਸੀਂ ਉਹ ਅੱਜ ਸਾਡੇ ਨਾਲ ਨੇ, ਉਹਨਾਂ ਨਾਲ ਆਪਾਂ ਗੱਲ ਕਰਨ ਤੋਂ ਪਹਿਲਾਂ ਅਸੀਂ ਤੁਹਾਨੂੰ ਟ੍ਰੇਲਰ ਦਿਖਾਉਣਾ ਚਾਹਾਂਗੇ. ਉਸ ਮੂਵੀ ਦਾ ਜਿਹੜਾ ਟ੍ਰੇਲਰ ਹੈ, ਉਸ ਡਾਕੂਮੈਂਟਰੀ ਦਾ ਜਿਹੜਾ ਟ੍ਰੇਲਰ ਹੈ, ਉਹ ਦਰਸ਼ਕਾਂ ਦੇ ਸਨਮੁੱਖ ਦਿਖਾਉਣਾ ਚਾਹਾਂਗੇ. ਤਾਂ ਉਸ ਤੋਂ ਬਾਅਦ ਆਪਾਂ ਗੱਲਬਾਤ ਜਿਹੜੀ ਹੈ ਉਹ ਤੀਨਾ ਕੌਰ ਪਸਰੀਚਾ ਉਹਨਾਂ ਨਾਲ ਕਰਾਂਗੇ. ਤਾਂ ਹੁਣ ਤੁਸੀਂ ਟ੍ਰੇਲਰ ਦੇਖੋ.
We regret to announce the death of the Prime Minister, Mrs. Indira Gandhi. She was critically injured this morning at a residence when she was ਇੰਨੀਆਂ ਡੈਡ ਬੋਡੀਆਂ ਨੂੰ ਕਿੱਥੇ ਕੀਤਾ ਇਹਨਾਂ ਨੇ ਗੌਰਮੈਂਟ ਨੇ ਇੰਨੇ 5,000 ਬੰਦੇ ਮਾਰੇ ਅਤੇ ਉਹਨਾਂ ਦੀ ਡੈਡ ਬੋਡੀਆਂ ਕਿੱਥੇ ਕੀਤੀਆਂ ਅਸੀਂ ਤਾਂ ਨਹੀਂ ਨਾ ਤਾਂ ਅਸੀਂ ਵੇਖਿਆ ਅਤੇ ਨਾ ਸਾੜਿਆ ਹੱਥਾਂ ਨਾਲ ਨਾ ਪ੍ਰਵਾਹਿਤ ਕੀਤੀਆਂ ਜਿਸ ਕਰਕੇ ਸੁੱਟੀ ਗਿਆ ਨਾ ਕਿਤੇ ਸੁੱਟੀ ਗਿਆ ਅਤੇ ਉਹਨਾਂ ਨੇ ਕੱਢੀਆਂ ਨਾ ਲਾਸ਼ਾਂ ਅਤੇ ਵਿੱਚੋਂ ਕਿੰਨੇ ਜਿੰਦੇ ਨਿਕਲੇ ਕਿਸੇ ਨਾ ਕਿਸੇ ਨੇ ਤਾਂ ਕੀਤਾ ਨਾ ਕਿਸੇ ਦੀ ਸਾਜਿਸ਼ ਨਾਲ ਕਿਸੇ ਨੇ ਮਤਲਬ ਆਰਡਰ ਦਿੱਤਾ ਜਾਂ ਕੁਛ ਦਿੱਤਾ ਤਾਂ ਹੀ ਹੋਇਆ ਨਾ ਉਸ ਵੇਲੇ ਪੁਲਿਸ ਕਿੱਥੇ ਗਈ ਅਤੇ 3 ਦਿਨ ਤੱਕ ਆਰਮੀ ਕਿੱਥੇ ਗਈ ਸਾਰੇ ਕਿੱਥੇ ਗਏ ਪਾਪਾ ਜੀ ਤੋਂ ਅੱਜ ਪਤਾ ਨਹੀਂ ਕਹਾਂ ਆਤੇ ਹਮ ਯਹਾਂ ਆ ਕੇ ਬਰਬਾਦ ਹੋ ਗਏ ਪੂਰੀ ਲਾਈਫ ਖਤਮ ਮੈਡਮ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਾਡੇ ਪ੍ਰੋਗਰਾਮ ਦੇ ਵਿੱਚ ਥੈਂਕ ਯੂ ਗੁਰਸ਼ਰਮਾ ਜੀ ਮੈਨੂੰ ਅੱਛਾ ਲੱਗਿਆ ਕਿ ਅੱਜ ਵੀ ਤੁਸੀਂ ਇਸ ਐਪੀਸੋਡ ਨੂੰ ਯਾਦ ਕਰ ਰਹੇ ਹੋ ਅਤੇ ਫਿਲਮ ਦੀ ਚਰਚਾ ਹੋ ਰਹੀ ਹੈ ਅਤੇ ਸਾਡੀ ਜਿਹੜੀ ਮੈਮਰੀਜ਼ ਨੇ ਜਿਹੜੀਆਂ ਯਾਦਾਂ ਨੇ ਕੌਮ ਦੀਆਂ ਇਸ ਪਰਟੀਕੁਲਰ ਐਪੀਸੋਡ ਨਾਲ ਉਹਨੂੰ ਅਸੀਂ ਸਾਂਝਾ ਕਰ ਪਾ ਰਹੇ ਹਾਂ ਜੀ 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 ਜਿੱਦਾਂ ਮੈਂ ਸ਼ੁਰੂ 'ਚ ਕਿਹਾ ਸੀਗਾ ਕਿ ਸਿਨੇਮਾ ਬਹੁਤ ਜਿਹੜਾ ਹੈਗਾ ਅਹਿਮ ਫੋਰਮ ਰਿਹਾ ਇਹਨਾਂ ਸਾਰੇ ਜਿਹੜੀਆਂ ਟ੍ਰੈਜਡੀਜ਼ ਨੇ ਉਹਨਾਂ ਨੂੰ ਡਿਪਿਕਟ ਕਰਨ ਦਾ ਤਾਂ ਤੁਹਾਡੀ ਜਦੋਂ ਫਿਲਮ ਸ਼ੁਰੂ ਹੁੰਦੀ ਹੈ ਤਾਂ ਉਸ ਦੇ ਵਿੱਚ ਤੁਸੀਂ ਜਿਹੜਾ ਹੈਗਾ ਕੋਟ ਦਿੰਦੇ ਹੋ ਐਡਮੰਡ ਬਰੂਕ ਦਾ ਕਿ ਦੋਜ਼ ਹੂ ਡੋਂਟ ਨੋ ਦ ਹਿਸਟਰੀ ਡੂਮਡ ਟੂ ਰਿਪੀਟ ਇਟ ਤਾਂ ਦੈਨ ਤੁਸੀਂ ਆਪਣੀ ਪਰਸਨਲ ਜਰਨੀ ਦੀ ਗੱਲ ਕਰਦੇ ਹੋ ਕਿ ਮੇਰੇ ਮਨ 'ਚ ਗੁੱਸਾ ਸੀ ਤੁਹਾਡੇ ਮਾਮਾ ਜਿਹੜੇ ਸੀਗੇ ਉਹਨਾਂ ਦਿਨਾਂ ਦੇ ਵਿੱਚ ਟ੍ਰੇਨ ਦੇ ਵਿੱਚ ਸੀ ਤਾਂ ਇਹ ਫਿਲਮ ਨੂੰ ਬਣਾਉਣ ਦਾ ਜਿਹੜਾ ਤੁਹਾਡਾ ਆਪਣਾ ਸਫ਼ਰ ਸੀ ਤੁਹਾਡੀ ਪਰਸਨਲ ਕਹਾਣੀ ਕੀ ਹੈ ਇਹਦੇ ਪਿੱਛੇ ਇਸ ਫਿਲਮ ਇਹਦੀ ਫਿਲਮ ਬਣਾਉਣ ਪਿੱਛੇ ਨਹੀਂ ਐਕਚੁਲੀ ਮੇਰਾ ਜਨਮ ਔਰ ਜਿਹੜਾ ਮੇਰੇ ਮਤਲਬ ਮੈਂ ਗਰੋ ਅਪ ਕੀਤਾ ਅਤੇ ਅਜਮੇਰ ਰਾਜਸਥਾਨ 'ਚ ਕੀਤਾ ਵਿਚ ਇਜ਼ ਅ ਵੈਰੀ ਪੀਸਫੁਲ ਪਲੇਸ ਉੱਥੇ ਇਹੋ ਜਿਹੀ ਕੋਈ ਗੱਲਾਂ ਨਹੀਂ ਹੋਈਆਂ ਸੀ ਕਿਡਸ ਜ਼ਿਆਦਾ ਹੋਇਆ ਸੀ ਅਤੇ ਮੈਂ ਕੁਛ ਅਸੀਂ ਆਪਣੀ ਅੱਖਾਂ ਨਾਲ ਨਹੀਂ ਦੇਖਿਆ ਲੇਕਿਨ ਕਿਉਂਕਿ ਮੇਰੀ ਫੈਮਿਲੀ 'ਚ ਮੇਰੇ ਮਾਮਾ ਜੀ ਨਾਲ ਹੋਇਆ ਸੀ ਅਤੇ ਮੰਮੀ ਸਾਨੂੰ ਕਹਾਣੀਆਂ ਦੱਸਦੇ ਹੁੰਦੇ ਸੀ ਕਿ ਬਹੁਤ ਬੁਰਾ ਹੋਇਆ 84 'ਚ ਸਾਰਿਆਂ ਨਾਲ ਔਰ ਦਿੱਲੀ 'ਚ ਇੰਨਾ ਕਤਲੇਆਮ ਹੋਇਆ ਔਰ ਮਾਮਾ ਜੀ ਵੀ ਮਤਲਬ ਬਹੁਤ ਮੁਸ਼ਕਿਲਾਂ ਨਾਲ ਆਪਣੀ ਜਾਨ ਬਚਾ ਕੇ ਭੱਜੇ ਉਹਨਾਂ ਦੇ ਵਾਲ ਕੱਟ ਦਿੱਤੇ ਗਏ ਲੇਕਿਨ ਉਹ ਆਪਣੀ ਜਾਨ ਬਚਾਉਣ 'ਚ ਕਾਮਯਾਬ ਹੋਏ ਔਰ ਨਿਕਲ ਕੇ ਆ ਗਏ ਅਤੇ ਇਹ ਸਾਰੀ ਗੱਲਾਂ ਜਦ ਮੈਂ ਸੁਣੀਆਂ ਤਾਂ ਮੇਰੇ ਮਨ 'ਚ ਆਇਆ ਕਿ ਮੈਂ ਇਸ ਮੁੱਦੇ ਦੇ ਉੱਤੇ ਕੁਛ ਕਰਾਂ ਔਰ ਇਹ ਉਹ ਟਾਈਮ ਸੀਗਾ ਜਦ ਮੈਂ ਵੀ ਆਪਣੀ ਲਾਈਫ 'ਚ ਕਾਫੀ ਪਰਪਜ਼ਲੈਸ ਫੀਲ ਕਰ ਰਹੀ ਸੀ ਔਰ ਮੈਨੂੰ ਲੱਗਦਾ ਸੀ ਕਿ ਮੈਂ ਆਪਣੀ ਲਾਈਫ ਦਾ ਪਰਪਸ ਜਾਣਨਾ ਚਾਹੁੰਦੀ ਹਾਂ ਕਿ ਮੇਰਾ ਜਨਮ ਕਿਉਂ ਹੋਇਆ ਮੈਂ ਕੀ ਕਿਸ ਮੁਕਾਮ 'ਤੇ ਆਪਣੀ ਜ਼ਿੰਦਗੀ ਨੂੰ ਲੈ ਕੇ ਜਾਵਾਂ ਸਟੋਰੀ ਟੈਲਿੰਗ ਦੇ ਵਿੱਚ ਕਿੱਦਾਂ ਮਤਲਬ ਮੈਂ ਇਹੋ ਜਿਹੀ ਚੀਜ਼ਾਂ ਕਵਾਂ ਕੁਛ ਇਹੋ ਜਿਹੀ ਕਮਿਊਨਿਟੀਜ਼ ਦੀ ਗੱਲ ਕਰਾਂ ਜਿਨ੍ਹਾਂ ਦੀ ਕੋਈ ਰਿਪ੍ਰਜੈਂਟੇਸ਼ਨ ਨਹੀਂ ਹੈ ਔਰ ਮੈਨੂੰ ਸਮਝ 'ਚ ਆਇਆ ਰਿਸਰਚ ਕਰਨ ਤੋਂ ਬਾਅਦ ਕਿ ਸਾਡੀ ਖੁਦ ਦੀ ਕਮਿਊਨਿਟੀ ਨਾਲ ਇੰਨਾ ਇਨਜਸਟਿਸ ਹੋਇਆ ਔਰ ਇਹਦੇ ਉੱਤੇ ਕੋਈ ਪ੍ਰੋਪਰ ਡਾਕੂਮੈਂਟਰੀ ਫਿਲਮ ਨਹੀਂ ਬਣੀ ਗਈ ਜੋ ਕਿ ਅਸੀਂ ਕਹਿ ਸਕੀਏ ਕਿ ਬਈ ਦਿਸ ਇਜ਼ ਬੇਸਡ ਔਨ ਫੈਕਟਸ ਐਂਡ ਫਿਗਰਸ ਐਂਡ ਇਟਸ ਅ ਇੰਪਾਰਸ਼ਲ ਵੇ ਟੂ ਲੁੱਕ ਐਟ ਦ ਇੰਟਾਇਰ ਐਪੀਸੋਡ ਅਤੇ ਮੇਰੀ ਫਿਰ ਇਹੀ ਕੋਸ਼ਿਸ਼ ਹੋਏਗੀ ਕਿ ਇੰਟਰਨੈਸ਼ਨਲ ਸਟੈਂਡਰਡ ਦੀ ਫਿਲਮ ਬਣਾਈ ਜਾਏ ਰਿਸਰਚ ਕਰਕੇ ਔਰ ਇੱਕ ਇੰਪਾਰਸ਼ਲ ਤਰੀਕੇ ਨਾਲ ਜੋ ਹੈ ਸਾਰੀ ਚੀਜ਼ਾਂ ਨੂੰ ਦੇਖਿਆ ਜਾਏ ਔਰ ਸਪੈਸ਼ਲੀ ਉਹਨਾਂ ਦੇ ਨਜ਼ਰੀਏ ਤੋਂ ਦੇਖਿਆ ਜਾਏ ਜਿਨ੍ਹਾਂ ਨੇ ਖੁਦ ਹੰਡਾਇਆ ਔਰ ਸਪੈਸ਼ਲੀ ਉਹਨਾਂ ਨੇ ਜਿਹੜੇ ਕਿ ਗਰੀਬ ਸੀ ਅਤੇ ਇਹ ਪਰਟੀਕੁਲਰ ਫਿਲਮ ਜਿਹੜੀ ਦਿੱਲੀ 'ਚ ਹੈਗੀ ਹੈ ਤਿਲਕ ਵਿਹਾਰ ਜਿਹੜੀ ਕਲੋਨੀ ਹੈ ਜਿਹਨੂੰ ਕਿ ਕਲੋਨੀ ਵੀ ਕਿਹਾ ਜਾਂਦਾ ਹੈ ਹਾਂ ਤੇ ਉਹਨਾਂ ਦੇ ਉੱਥੇ ਜਿਹੜੀ ਲੇਡੀਜ਼ ਰਹਿ ਰਹੀਆਂ ਨੇ ਉਹਨਾਂ ਦੀ ਲਾਈਫ 'ਤੇ ਆਧਾਰਿਤ ਹੈ
ਤੇ ਉਹ ਕਿਸ ਤਰ੍ਹਾਂ ਅੱਜ ਜਿਹੜਾ ਹੈ 30 ਪਤਾ ਜਿਹੜਾ ਸਟਾਰਟ ਕੀਤਾ ਸੀ ਤੇ 29 ਸਾਲ ਸੀਗੇ ਤੇ 29 ਸਾਲ ਪਹਿਲੇ 30 ਸਾਲ ਪਹਿਲੇ ਕਿਸ ਤਰ੍ਹਾਂ ਆਪਣੀ ਮੈਮਰੀਜ਼ ਨੂੰ ਕਿਸ ਤਰ੍ਹਾਂ ਦੇ ਆਰ ਕਮਿੰਗ ਟੂ ਟਰਮਸ ਵਿਦ ਇਟ ਹੈ ਨਾ ਕਿਸ ਤਰ੍ਹਾਂ ਉਹ ਇੱਕ ਸਮਝੌਤਾ ਕਰ ਰਹੀਆਂ ਨੇ ਕਿ ਕਿਸ ਤਰ੍ਹਾਂ ਉਹਨਾਂ ਦੇ ਨਾਲ ਹੋਇਆ ਉਹ ਸਭ ਕੁਝ ਜਾਣਨ ਤੋਂ ਬਾਅਦ ਵੀ ਜੀਣਾ ਆਪਣੀ ਜ਼ਿੰਦਗੀ ਨੂੰ ਅੱਗੇ ਵਧਾਉਣਾ ਆਪਣੇ ਬੱਚਿਆਂ ਨੂੰ ਪਾਲਣਾ ਫੈਮਿਲੀ ਨੂੰ ਪਾਲਣਾ ਉਹ ਕਿਸ ਤਰ੍ਹਾਂ ਕਰ ਰਹੀਆਂ ਨੇ ਤੇ ਮੇਰੇ ਵਾਸਤੇ ਬੜਾ ਮਤਲਬ ਸਿਗਾ ਮੈਨੂੰ ਲੱਗਦਾ ਸੀ ਕਿ ਸਾਨੂੰ ਤਾਂ ਛੋਟੀ ਛੋਟੀ ਜਿਹੀ ਸੱਟ ਵੀ ਲੱਗ ਜਾਂਦੀ ਹੈ ਤੇ ਅਸੀਂ ਇੰਨੇ ਪਰੇਸ਼ਾਨ ਹੋ ਜਾਂਦੇ ਹਾਂ ਤੇ ਇਹ ਲੇਡੀਜ਼ ਜਿਹੜੀਆਂ ਨੇ ਇਹਨਾਂ ਦੇ ਅੰਦਰ ਇੰਨੀ ਹਿੰਮਤ ਹੈਗੀ ਹੈ ਰੱਬ ਨੇ ਇਹਨਾਂ ਨੂੰ ਇੰਨੀ ਬਖਸ਼ਿਸ਼ ਦਿੱਤੀ ਹੈ ਕਿ ਇਹ ਇੰਨੇ ਸਟਰੋਂਗਲੀ ਜ਼ਿੰਦਾ ਨੇ ਔਰ ਆਪਣਾ ਫੈਮਿਲੀਜ਼ ਨੂੰ ਦੇਖ ਰਹੀਆਂ ਨੇ ਤੋ ਆਈ ਰੀਅਲੀ ਵਾਂਟਡ ਟੂ ਨੋ ਕਿ ਇਹਨਾਂ ਨੇ ਕਿਸ ਤਰ੍ਹਾਂ ਮਤਲਬ ਇਹ ਸਮਝੌਤਾ ਕੀਤਾ ਹੋਏਗਾ ਪੂਰੇ ਐਪੀਸੋਡ ਦੀ ਮੈਮਰੀਜ਼ ਨਾਲ ਤੇ ਉਹ ਮੇਰਾ ਕੁਐਸਚਨ ਸੀਗਾ ਔਰ ਇਸੀ ਕੁਐਸਟ 'ਚ ਮੈਂ ਮਤਲਬ ਦਿੱਲੀ ਜਾਂਦੀ ਰਹੀ ਔਰ ਇਨਸਾਫ ਪਸੰਦ ਨੇ ਪਰ ਜਦੋਂ ਇੱਕ ਫਿਲਮ ਸਾਜ਼ ਉਸ ਸਾਰੇ ਸਾਨੇ ਨੂੰ ਦੇਖਦਾ ਉਸ ਜਗ੍ਹਾ ਨੂੰ ਜਾ ਕੇ ਦੇਖਦਾ ਤਾਂ ਮੈਂ ਤੁਹਾਡੀ ਫਿਲਮ ਦੇਖ ਰਿਹਾ ਸੀ ਉਹ 'ਚ ਤਿੰਨ ਜਿਹੜੇ ਮੇਨ ਕਿਰਦਾਰ ਨੇ ਇੱਕ ਮੋਹਨ ਸਿੰਘ ਦਾ ਕਿਰਦਾਰ ਹੈ ਇੱਕ ਹਰਬੰਸ ਕੌਰ ਦਾ ਕਿਰਦਾਰ ਹੈ ਕੁਲਦੀਪ ਕੌਰ ਦਾ ਕਿਰਦਾਰ ਤਾਂ ਉਹ ਕਿਰਦਾਰ ਵੈਸੇ ਸਾਰਿਆਂ ਦੇ ਸਾਹਮਣੇ ਫਿਰਦੇ ਹੁੰਦੇ ਨੇ ਪਰ ਜਦੋਂ ਇੱਕ ਫਿਲਮ ਸਾਜ਼ ਚੂਜ਼ ਕਰਦਾ ਕਿ ਮੈਂ ਆਹ ਚੀਜ਼ ਦਿਖਾਉਣੀ ਹੈ ਤਾਂ ਫਿਲਮ ਸਾਜ਼ ਦੀ ਅੱਖ ਤੋਂ ਜਦੋਂ ਤੁਸੀਂ ਉਹ ਦੇਖਿਆ ਤਾਂ ਤੁਸੀਂ ਕਿੱਦਾਂ ਆਪਣੇ ਕਿਰਦਾਰ ਬੁਣੇ ਇਸ ਪਰਟੀਕੂਲਰ ਫਿਲਮ ਦੇ ਨਾਲ ਨਾ ਦੋ ਵੈਲਿਊਜ਼ ਜੁੜੀਆਂ ਹੋਈਆਂ ਨੇ ਸਟਾਰਟਿੰਗ ਫਰੋਮ ਦਾ ਵੈਰੀ ਬਿਗਨਿੰਗ ਇੱਕ ਹੈ ਟਰੁੱਥ ਸੱਚ ਔਰ ਦੂਸਰਾ ਜਸਟਿਸ ਸੱਚ ਔਰ ਨਿਆਏ ਬਸ ਇਹੀ ਇਹਦਾ ਫਾਊਂਡੇਸ਼ਨ ਹੈਗਾ ਔਰ ਇੱਕ ਇਹੀ ਸੱਚ ਔਰ ਨਿਆਏ ਔਰ ਅਫਕੋਰਸ ਕੰਪੈਸ਼ਨ ਕੰਪੈਸ਼ਨ ਨੂੰ ਤੁਸੀਂ ਪੰਜਾਬੀ ਚ ਜਿਸ ਤਰ੍ਹਾਂ ਕਹਿ ਲਓ ਕਿ ਭਈ ਇੱਕ ਮਾਨਵ ਦਇਆ ਹੈ ਨਾ ਤੇ ਜਿਹੜਾ ਅਸੀਂ ਮਤਲਬ ਅਸੀਂ ਬਦਲਾ ਨਹੀਂ ਲੈਣਾ ਲੇਕਿਨ ਅਸੀਂ ਦਇਆ ਨਾਲ ਸਾਰਿਆਂ ਨੂੰ ਦੇਖਣਾ ਹੈਗਾ ਔਰ ਉਹਨਾਂ ਦਾ ਦਰਦ ਸਾਂਝਾ ਕਰਨਾ ਤੇ ਇਹੀ ਭਾਵਨਾ ਸੀਗੀ ਜਦ ਮੈਂ ਇੱਥੇ ਗਈ ਹਾਂ ਔਰ ਰਿਸਰਚ ਸਟਾਰਟ ਕੀਤੀ ਹੈ ਔਰ ਮਤਲਬ ਐਚ ਐਸ ਫੁਲਕਾ ਜੀ ਵੀ ਸੀਗੇ ਉਹਨਾਂ ਨੇ ਵੀ ਮੈਨੂੰ ਬਹੁਤ ਗਾਈਡ ਕੀਤਾ ਕਿ ਕਿਸ ਤਰ੍ਹਾਂ ਜਾਣਾ ਕਿੰਨੇ ਲੋਕਾਂ ਨਾਲ ਮਿਲਣਾ ਕਿਉਂਕਿ ਉਸ ਕਾਫੀ ਟਾਈਮ ਤੇ ਇਸ ਵਿਸ਼ੇ ਤੇ ਕੰਮ ਕਰ ਰਹੇ ਨੇ ਤੇ ਫਿਰ ਐਸਾ ਸੀਗਾ ਕਿ ਇੰਨੇ ਸਾਰੇ ਲੋਕ ਸੀ ਇੰਨੇ ਸਾਰੀ ਲੇਡੀਜ਼ ਸੀ ਔਰ ਸਾਰਿਆਂ ਦੀ ਕਹਾਣੀਆਂ ਸੇਫ ਸੀਗੀਆਂ ਸੋ ਆਈ ਥਿੰਕ ਦ ਓਨਲੀ ਥਿੰਗ ਆਈ ਲੁਕਡ ਵਾਜ਼ ਦ ਫੈਕਟ ਦੈਟ ਮੈਂ ਕਿਹਦੇ ਨਾਲ ਹਿਊਮਨ ਕਨੈਕਸ਼ਨ ਮੇਰਾ ਕਿਹਦੇ ਨਾਲ ਬੰਦਾ ਪਿਆ ਵਟ ਇਜ਼ ਮਤਲਬ ਇਸ ਬਿਲਕੁਲ ਹੀ ਪਿਓਰ ਜਿਹੜੀ ਭਾਵਨਾ ਆਉਂਦੀ ਨਾ ਜਿਹੜਾ ਇੱਕ ਇਨਸਾਨ ਨੂੰ ਦੂਸਰੇ ਨਾਲ ਜੋੜਦੀ ਹੈ ਦੈਟ ਵਾਜ਼ ਦ ਓਨਲੀ ਥਿੰਗ ਦੈਟ ਆਈ ਵਾਜ਼ ਲੁਕਿੰਗ ਫੋਰ ਯੂ ਨੋ ਟੂ ਮੇਕ ਇਟ ਅ ਪਾਰਟ ਆਫ ਦ ਫਿਲਮ ਤੇ ਜਿੰਨੇ ਵੀ ਕਿਰਦਾਰ ਚੂਜ਼ ਹੋਏ ਫਿਲਮ ਦੇ ਵਿੱਚ ਜਿਹੜਾ ਪਾਰਟ ਬਣੇ ਫਿਲਮ ਦਾ ਤੇ ਉਹ ਦੈਟ ਇਜ਼ ਵਾਟ ਲਾਈਕ ਉਹਦਾ ਹਿੱਸਾ ਸੀਗੇ ਤੇ ਉਹ ਇੱਕ ਇਟ ਵਾਜ਼ ਜਸਟ ਅ ਕਨੈਕਸ਼ਨ ਔਨ ਅ ਹਿਊਮਨਿਟੀ ਲੈਵਲ ਐਂਡ ਆਲਸੋ ਇੱਕ ਸੱਚ ਦਾ ਕਨੈਕਸ਼ਨ ਜਿਹੜਾ ਹੁੰਦਾ ਹੈ ਇੱਕ ਮਾਨਵਤਾ ਦਾ ਕਨੈਕਸ਼ਨ ਜਿਹੜਾ ਹੁੰਦਾ ਹੈ ਦੈਟ ਵਾਜ਼ ਦੇਅਰ ਦੈਟ ਮੇਡ ਮੀ ਚੂਜ਼ ਜਿਹੜੇ ਮੇਰੇ ਸਬਜੈਕਟਸ ਨੂੰ ਤਾਂ ਉਸ ਦੇ ਵਿੱਚ ਜਿਹੜੇ ਤਿੰਨ ਕਿਰਦਾਰ ਨੇ ਜਾਂ ਤਿੰਨ ਪਰਿਵਾਰਾਂ ਦੀ ਆਪਾਂ ਕਹਾਣੀ ਦੇਖਦੇ ਹਾਂ ਜਦੋਂ ਤਾਂ ਇਹਨਾਂ ਦੇ ਵਿੱਚ ਜੇ ਤੁਸੀਂ ਇੱਕ ਫਿਲਮ ਸਾਜ਼ ਦੇ ਕਿਉਂਕਿ ਜਿਹੜੇ ਲੋਕਾਂ ਨੇ ਫਿਲਮ ਨਹੀਂ ਦੇਖੀ ਮੈਂ ਉਹਨਾਂ ਦੇ ਜ਼ੁਬਾਨੀ ਤੁਹਾਡੇ ਤੋਂ ਜਾਣ ਉਹਨਾਂ ਵਾਸਤੇ ਤੁਹਾਨੂੰ ਇਹ ਸਵਾਲ ਪੁੱਛ ਰਿਹਾ ਕਿ ਜਦੋਂ ਤਿੰਨ ਕਿਰਦਾਰ ਨੇ ਮੇਨ ਤਾਂ ਉਹਨਾਂ ਦੇ ਵਿੱਚ ਜਿਹੜੀ ਸਾਂਝੀ ਤੰਦ ਹੈ ਮਤਲਬ ਕਿ ਉਹਨਾਂ ਦਾ ਜਿਹੜਾ ਕੋਮਨੈਲਿਟੀ ਹੈ ਉਹਨਾਂ ਦੀ ਉਹ ਤੁਸੀਂ ਬਿਆਨ ਕਰਨਾ ਹੋਵੇ ਤਾਂ ਉਹ ਤਿੰਨ ਕਿਰਦਾਰ ਕੀ ਸ਼ੋਅ ਕਰਦੇ ਨੇ ਸੀ ਮੋਹਨ ਸਿੰਘ ਤੇ ਰਿਪਰੈਜ਼ੈਂਟ ਕਰਦਾ ਹੈ ਕਿ ਜਿਹੜੀ ਅੱਜ ਦੀ ਜਨਰੇਸ਼ਨ ਹੈਗੀ ਹੈ ਜਿਹੜੀ 84 ਚ ਬੋਰਨ ਹੋਈ ਸੀ ਔਰ ਜਿਨ੍ਹਾਂ ਨੇ ਆਪਣੇ ਫਾਦਰ ਨੂੰ ਕਦੀ ਨਹੀਂ ਦੇਖਿਆ ਤੇ ਉਹ ਇੱਕ ਜਨਰੇਸ਼ਨ ਜਿਹੜੀ ਵੱਡੀ ਹੋਈ ਹੈ ਨਾ ਔਰ ਕਈ ਲੋਕ ਤੇ ਜਿਸ ਤਰ੍ਹਾਂ ਅੱਛੇ ਪਥ ਤੇ ਨਿਕਲ ਗਏ ਉਹਨਾਂ ਨੂੰ ਪੜ੍ਹਾਈ ਕੀਤੀ ਉਹਨਾਂ ਨੇ ਤੇ ਅੱਗੇ ਨਿਕਲ ਗਏ ਉਹਨਾਂ ਦੀ ਲਾਈਫ ਆ ਸੈਟਲਡ ਹੈ ਨਾ ਲੇਕਿਨ ਕੁਝ ਇਹੋ ਜਿਹੇ ਲੋਕ ਵੀ ਨੇ ਜਿਹੜੇ ਪਿੱਛੇ ਰਹਿ ਗਏ ਜਿਹੜੇ ਸਹੀ ਰਸਤਾ ਨਹੀਂ ਚੁਣ ਪਾਏ ਬਿਕੋਜ਼ ਵਟ ਐਵਰ ਰੀਜ਼ਨ ਯੂ ਨੋ ਕਿ ਮਾਂ ਧਿਆਨ ਨਹੀਂ ਦਿੱਤਾ ਨਹੀਂ ਦੇ ਪਾਈ ਬਿਕੋਜ਼ ਉਹ ਵਰਕਿੰਗ ਸੀਗੀ ਇੱਕ ਪੜ੍ਹਾਈ ਨਹੀਂ ਕਰਦੇ ਸੀ ਨਸ਼ੇ ਪੱਤਿਆਂ 'ਚ ਪੈ ਗਏ ਲੇਕਿਨ ਫਿਰ ਅੰਦਰ ਹੀ ਹੈ ਅੱਜ ਵੀ ਨੋ ਦੇ ਆਰ ਨੋਟ ਲਾਈਕ ਦ ਹੀਰੋਜ਼ ਬਟ ਸਟਿਲ ਦੇ ਆਰ ਹਿਊਮਨ ਬੀਂਗਸ ਹੂ ਆਰ ਸਰਵਾਈਵਿੰਗ ਹੂ ਹੈਵ ਓਨੈਸਟੀ ਇਨ ਦੈਮਸੈਲਵਸ ਐਂਡ ਉਹ ਕਿਸੇ ਤਰੀਕੇ ਨਾਲ ਸਹੀ ਤਰੀਕੇ ਨਾਲ ਸਰਵਾਈਵ ਕਰ ਰਹੇ ਨੇ ਤੇ ਮੋਹਨ ਸਿੰਘ ਦੀ ਇਸ ਪਰਟੀਕੁਲਰ ਜਨਰੇਸ਼ਨ ਨੂੰ ਰਿਪ੍ਰੈਜ਼ੈਂਟ ਕਰਦਾ ਹੈ ਫਿਰ ਜੇ ਜਿਹੜੀ ਉਹਨਾਂ ਦੀ ਮੰਮੀ ਹੋਈ ਜਾਂ ਹਰਬੰਸ ਕੌਰ ਹੋਈ ਇਹ ਉਹ ਲੋਕ ਨੇ ਜਿਨ੍ਹਾਂ ਨੇ ਮਤਲਬ ਆਪਣੇ ਹਸਬੈਂਡ ਨੂੰ ਕਦੀ ਇੱਕ ਵਾਰ ਗਏ ਵਿਆਹ ਹੋ ਕੇ ਆਏ ਸੀ ਇੱਕ ਵਾਰ ਗਏ ਤੇ ਉਹਨਾਂ ਦੇ ਹਸਬੈਂਡ ਕਦੀ ਵਾਪਸ ਹੀ ਨਹੀਂ ਆਏ ਤੇ ਉਹਨਾਂ ਨੇ ਕਿਸ ਤਰ੍ਹਾਂ ਉਸ ਚੀਜ਼ ਨਾਲ ਸਮਝੌਤਾ ਕੀਤਾ ਇੰਨੀ ਵੱਡੀ ਇੱਕ ਟ੍ਰੈਜਡੀ ਨਾਲ ਸਮਝੌਤਾ ਕੀਤਾ ਔਰ ਉਹ ਵੇਟ ਕਰਦੇ ਰਹਿ ਗਏ
ਮਤਲਬ ਕਦੀ ਆਣ ਗਏ ਹੋ, ਕਿਉਂਕਿ ਉਹਨਾਂ ਨੂੰ ਕਦੀ ਪਤਾ ਹੀ ਨਹੀਂ ਚੱਲਿਆ ਨਾ ਉਹਨਾਂ ਦੀ ਕਦੀ ਡੈਡ ਬੋਡੀ ਮਿਲੀ ਨਾ ਕੁਝ ਮਿਲਿਆ, ਬਟ ਦੈਨ ਹਾਊ ਡੂ ਯੂ ਨੈਗੋਸ਼ੀਏਟ, ਹਾਊ ਡੂ ਯੂ ਗੋ ਟੂ ਵਰਕ ਐਵਰੀ ਡੇ ਐਂਡ ਯੂ ਨੋ ਯੂ ਸਟਿਲ ਬੀ ਪੀਸਫੁਲ ਵਿਦ ਇਟ? ਤੁਸੀਂ ਇੰਨੀ ਸਾਰੀ ਮੈਮਰੀਜ਼ ਦਾ ਕੀ ਕਰਦੇ ਹੋ? ਐਂਡ ਹਰਬੰਸ ਕੌਰ ਜਾਂ ਦੂਸਰੇ ਸਾਰੀ ਲੇਡੀਜ਼ ਦੇ ਬੱਚੇ ਵੀ ਸਿੱਖਿਆ, ਹਾਂ ਕੁਲਦੀਪ ਕੌਰ ਉਹਨਾਂ ਦੇ ਵੀ ਬੱਚੇ ਹੈਗੇ ਨੇ. So it is so difficult for any human being to see such a tragedy and live beyond. It also became like for me, ਜੀ ਤਾਂ ਜਿੱਦਾਂ ਤੁਸੀਂ ਦੱਸਿਆ ਕਿ ਉਹਨਾਂ ਨੇ ਰੀਬਿਲਡ ਕਿੱਦਾਂ ਕੀਤਾ ਲਾਈਫ ਨੂੰ, ਤੁਸੀਂ ਇਹ ਫੋਕਸ ਚਾਹੁੰਦੇ ਸੀਗੇ ਕਿਤਨਾ ਕਿਤੇ. ਜਦੋਂ ਆਪਾਂ ਕੁਲਦੀਪ ਕੌਰ ਦਾ ਕਿਰਦਾਰ ਦੇਖਦੇ ਹਾਂ, ਤੁਸੀਂ ਜਦੋਂ ਵੀ ਉਹਨਾਂ ਨਾਲ ਇੰਟਰੈਕਟ ਕਰਦੇ ਹੋ ਜਾਂ ਜਦੋਂ ਵੀ ਉਹ ਆਪਣਾ ਵਰਜਨ ਦਿੰਦੇ ਨੇ, ਤਾਂ ਉਹਦੇ ਵਿੱਚ ਇੱਕ ਅਜੀਬ ਕਿਸਮ ਦਾ ਤੁਹਾਨੂੰ ਕੌਨਫੀਡੈਂਸ ਝਲਕਦਾ. ਉਹਦੇ ਵਿੱਚ ਰਿਗਰੈਟ ਦੀ ਭਾਵਨਾ ਵੀ ਹੈਗੀ ਆ, ਬਟ ਉਹਦੇ ਵਿੱਚ ਇੱਕ ਜਦੋਂ ਤੁਸੀਂ ਉਹਨਾਂ ਨੂੰ ਇਹ ਵੀ ਪੁੱਛਦੇ ਹੋ ਕਿ ਪੋਲੀਟਿਕਸ ਵਾਲੇ ਕੁਛ ਲੋਕ ਕਰਨਗੇ ਬੋਲ ਰਹੇ ਆ, ਤਾਂ ਉਹ ਇੱਕ ਅਜੀਬ ਕਿਸਮ ਦਾ ਕੌਨਫੀਡੈਂਸ ਹੈ, ਇੱਕ ਇੱਕ ਵਿਸ਼ਵਾਸ ਹੈ, ਆਤਮ ਵਿਸ਼ਵਾਸ ਹੈ ਜਿਹੜਾ ਕਿ ਉਹਨਾਂ ਦੀ ਗੱਲਬਾਤ ਚੋਂ ਝਲਕਦਾ. ਤਾਂ ਜਿਹੜੇ ਇਸ ਕਿਸਮ ਦੇ ਕਿਰਦਾਰ ਨੇ ਜਿਹੜੇ ਜਿਨ੍ਹਾਂ ਨੇ ਇੰਨਾ ਕੁਛ ਲਾਈਫ ਦੇ ਵਿੱਚ ਝੱਲਿਆ, ਤਾਂ ਤੁਸੀਂ ਕੀ ਦੇਖਿਆ ਕਿ ਉਹਨਾਂ ਦੇ ਵਿੱਚ ਜਿਹੜੀ ਆਤਮ ਵਿਸ਼ਵਾਸ ਆ, ਜਿਹੜੀ ਰੀਬਿਲਡ ਕਰਨ ਦੀ ਜਿਹੜੀ ਉਹਨਾਂ ਦੀ ਭਾਵਨਾ ਜਾਂ ਉਹਨਾਂ ਦੀ ਸ਼ਕਤੀ ਹੈ, ਉਹਨਾਂ ਨੂੰ ਕਿੱਥੋਂ ਮਿਲਦੀ ਹੈ? ਤੇ ਜਿਸ ਤਰ੍ਹਾਂ ਕੋਈ ਵੀ ਜਿਹੜੀ ਲੇਡੀ ਹੁੰਦੀ ਹੈ ਜੋ ਜਿਹਨੇ ਇੰਨਾ ਕੁਛ ਦੇਖਿਆ, ਸਰ ਕੁਲਦੀਪ ਕੌਰ ਨੇ ਆਪਣੇ ਹਸਬੈਂਡ ਨੂੰ ਆਪਣੇ ਸਾਹਮਣੇ ਮਰਦਿਆਂ ਹੋਇਆ ਦੇਖਿਆ ਔਰ ਆਪਣੇ ਬੱਚਿਆਂ ਨੂੰ ਲੈ ਕੇ ਉੱਥੋਂ ਭੱਜ ਗਈ, ਇੰਨਾ ਕੁਛ ਦੇਖਣ ਤੋਂ ਬਾਅਦ ਨਾ ਬੰਦਾ ਸਟਰੋਂਗ ਹੋ ਜਾਂਦਾ ਹੈ ਅੰਦਰੋਂ. ਕੁਛ ਚੀਜ਼ ਹੈ ਜੋ ਯੂ ਨੋ ਯੂ ਲੈਟ ਗੋ ਆਫ ਸਮਥਿੰਗ ਐਂਡ ਮੇ ਬੀ ਦੈਟ ਸਮਥਿੰਗ ਇਜ਼ ਅ ਵਲਨਰੇਬਿਲਿਟੀ ਕਹਿੰਦੇ ਆ ਜਿਸ ਤਰ੍ਹਾਂ ਉਹਨੂੰ, ਜਾਂ ਇੱਕ ਸੋਫਟਨੈਸ, ਇੱਕ ਜੈਂਟਲਨੈਸ ਹੁੰਦੀ ਹੈ ਕੁੜੀਆਂ ਦੇ ਅੰਦਰ ਜਾਂ ਲੇਡੀਜ਼ ਦੇ ਅੰਦਰ, ਯੂ ਨੋ ਦੈਟ ਗੈਟਸ ਲੋਸਟ ਐਂਡ ਦੈਨ ਵਾਟ ਅ ਪਰਸਨ ਰਿਮੇਨਸ ਵਿਦ ਇਜ਼ ਅ ਲੋਟ ਆਫ ਸਟਰੈਂਥ ਐਂਡ ਵੈਰੀ ਵੈਰੀ ਪ੍ਰੈਕਟੀਕਲ ਵਿਜ਼ਡਮ ਟੂ ਲਿਵ ਔਨ ਐਂਡ ਯੂ ਨੋ ਸਰਵਾਈਵ, ਜਸਟ ਸਰਵਾਈਵ ਡੇ ਟੂ ਡੇ ਨੋਰਮਲ ਲਾਈਫ, ਜਸਟ ਸਰਵਾਈਵ, ਆਫਿਸ ਜਾਣਾ, ਉੱਥੇ ਮਤਲਬ ਆਪਣਾ ਕੰਮ ਕਰਨਾ ਔਰ ਘਰ ਆਉਣਾ, ਰੋਟੀ ਬਣਾਉਣਾ, ਰੋਟੀ ਖਾਣਾ ਬੱਚਿਆਂ ਨਾਲ, ਨੋਰਮਲ ਟਾਈਮ ਸਪੈਂਡ ਕਰਨਾ, ਦੈਟਸ ਆਲ ਦੈਟ ਰਿਮੇਨਸ. ਐਂਡ ਆਲਸੋ ਬਿਕੋਜ਼ ਕੁਲਦੀਪ ਨੇ ਆਪਣੇ ਹਸਬੈਂਡ ਦੇ ਮਤਲਬ ਜਸਟਿਸ ਵਾਸਤੇ ਇੰਨਾ ਫਾਈਟ ਕੀਤਾ ਹੈਗਾ, ਅਤੇ ਉਹ ਕਿੰਨਾ ਕੁਛ ਬਾਰ ਬਾਰ ਫੈਮਿਲੀਜ਼ 'ਚ ਵਾਪਸ ਆਉਂਦਾ ਹੈ, ਬੰਦਾ ਰੀਲਿਵ ਕਰਦਾ ਹੈ. ਅਤੇ ਆਈ ਥਿੰਕ ਹੈਟਸ ਆਫ ਟੂ ਹਰ ਟੂ ਯੂ ਨੋ, ਇੰਨਾ ਜਿਹੜੀ ਸਟਰੋਂਗ ਲੇਡੀ ਹੈਗੀ ਹੈ, ਇਟਸ ਯੂ ਨੋ ਕਮੈਂਡੇਬਲ ਕਿ ਉਹ ਕਿਸ ਤਰ੍ਹਾਂ ਉਹਨਾਂ ਨੇ ਇੰਨਾ ਕੁਛ ਕੀਤਾ ਇਕੱਲੇ, ਜਿਸ ਤਰ੍ਹਾਂ ਆਪਣੇ ਬੱਚਿਆਂ ਨੂੰ ਲੈ ਕੇ. ਆਈ ਕਾਂਟ ਡ੍ਰੀਮ ਅਬਾਊਟ ਇਟ ਕਿ ਹਾਊ ਡਿਫੀਕਲਟ ਮਸਟ ਹੈਵ ਬੀਨ ਫੋਰ ਹਰ. ਤੇ ਤੁਹਾਨੂੰ ਲੱਗਿਆ ਕਿ ਇਹ ਜਿਹੜਾ ਕਿਰਦਾਰ ਸੀਗਾ ਇਹ ਇੱਕ 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 ਐਕਸੈਪਸ਼ਨ ਟੂ ਦਾ ਰੂਲ ਹੈ ਜਾਂ ਤੁਹਾਨੂੰ ਇਦਾਂ ਦੇ ਹੋਰ ਕਿਰਦਾਰ ਵੀ ਉੱਥੇ ਮਿਲੇ? ਮਤਲਬ ਕੁਲਦੀਪ ਕੌਰ ਕੁਲਦੀਪ ਕੌਰ ਵਰਗੇ? ਨਹੀਂ ਨਹੀਂ ਨਹੀਂ, ਦੇਰ ਆ ਮੈਨੀ ਪੀਪਲ, ਬਹੁਤ ਲੋਕ ਬਹੁਤ ਹੈਗੇ, ਮੈਨੀ ਪੀਪਲ ਸ਼ੀ, ਹਾਂ, ਬਟ ਦ ਫੈਕਟ ਦੈਟ ਯੂ ਨੋ ਸ਼ੀ ਸਟੂਡ ਫੋਰ ਫਾਈਟਿੰਗ ਫੋਰ ਜਸਟਿਸ, ਯਾ, ਦੈਟਸ ਵਾਟ ਮੇਕਸ ਹਰ ਡਿਫਰੈਂਟ ਫਰੋਮ ਰੈਸਟ ਆਫ ਦੀ ਵਿਮਨ. ਜੀ ਜੀ. ਜਦੋਂ ਤੁਸੀਂ ਹਰਬੰਸ ਕੌਰ ਨੂੰ ਇੰਟਰੋਡਿਊਸ ਕਰਦੇ ਹੋ ਤਾਂ ਉਹ ਇਹ ਗੱਲ ਉੱਥੇ ਲਾਸ਼ਾਂ ਦੀ ਗੱਲ ਹੋ ਰਹੀ ਹੈ, ਲੇਡੀਜ਼ ਗੱਲ ਕਰ ਰਹੇ ਨੇ ਤੇ ਉਹ ਲਾਸ਼ਾਂ ਦੀ ਗੱਲ ਕਰ ਰਹੇ ਨੇ ਕਿ ਇੰਨੇ ਹਜ਼ਾਰ ਲਾਸ਼ਾਂ ਨੂੰ ਕਿੱਦਾਂ ਮੈਨੇਜ ਕੀਤਾ ਗਿਆ, ਤਾਂ ਉਹ ਲਗਾਤਾਰ ਉਹਦਾ ਹਸਬੈਂਡ ਲੋਸ ਕੀਤਾ, ਤਾਂ ਉਹ ਲਗਾਤਾਰ ਇਹ ਕਹਿ ਰਹੀ ਹੈ ਕਿ ਮੈਨੂੰ ਯਕੀਨ ਨਹੀਂ ਹੋਇਆ, ਕਈ ਸਾਲ ਪਹਿਲਾਂ ਮੈਂ ਕਿਤੇ ਜਾਂਦੀ ਸੀ ਬਾਹਰ ਤੇ ਮੈਂ ਇਹ ਸੋਚਦੀ ਸੀ ਕਿ ਮੈਨੂੰ ਉੱਥੇ ਮਿਲ ਜਾਣਗੇ, ਤਾਂ ਉਹ ਜਿਹੜਾ ਇੱਕ ਜਿਹੜਾ ਇਮੋਸ਼ਨਲ ਲੋਸ ਹੈ ਕਿ ਜਦੋਂ ਇੱਕ ਤਾਂ ਇੱਕ ਇਕਨੋਮਿਕ ਲੋਸ ਹੈ, ਤਾਂ ਜਿਹੜਾ ਹਰਬੰਸ ਕੌਰ ਦੇ ਹਵਾਲੇ ਨਾਲ ਜਦੋਂ ਬਾਰ ਬਾਰ ਉਹ ਆਉਂਦੇ ਨੇ ਤਾਂ ਉਹ ਇਮੋਸ਼ਨਲ ਲੋਸ ਨੂੰ ਆਪਾਂ ਦੇਖਦੇ ਹਾਂ ਕਿ ਇਮੋਸ਼ਨਲ ਲੋਸ, ਹਿਊਮਨ ਕੋਸਟ, ਤਾਂ ਜਿਹੜਾ ਇਮੋਸ਼ਨਲ ਲੋਸ ਹੈ ਉਹਨਾਂ ਸਾਰੇ ਵਿਕਟਮਸ ਦਾ, ਜੇ ਤੁਸੀਂ ਤੁਸੀਂ ਉਹਨੂੰ ਕਿੱਦਾਂ ਮਹਿਸੂਸ ਕੀਤਾ ਅਪਾਰਟ ਫਰੋਮ ਆਲ ਅਦਰ ਇਕਨੋਮਿਕ ਐਂਡ ਜਿਹੜਾ ਵੀ ਉਹਨਾਂ ਦੇ ਘਰਾਂ ਦਾ ਲੋਸ ਹੋਇਆ, ਇਮੋਸ਼ਨਲ ਲੋਸ ਤੁਹਾਨੂੰ ਕਿੱਦਾਂ ਮਹਿਸੂਸ ਹੋਇਆ ਜਾਂ ਹਿਊਮਨ ਲੋਸ? ਹਾਂ ਮਤਲਬ ਕਿ ਮਹਿਸੂਸ ਤਾਂ ਉਹ ਇੰਨਾ ਜ਼ਿਆਦਾ ਇਫੈਕਟ ਕਰਦਾ ਸੀ ਮੈਨੂੰ ਕਿ ਵਾਪਸ ਆ ਕੇ ਬੋਂਬੇ ਉਹ ਸਾਰੀ ਫੁਟੇਜ ਦੇ ਨਾਲ ਉਹਨੂੰ ਦੇਖਣਾ, ਫੁਟੇਜ ਨੂੰ ਔਰ ਐਡਿਟ ਕਰਨਾ ਮੁਸ਼ਕਿਲ ਹੋ ਜਾਂਦਾ ਸੀ ਮੈਨੂੰ, ਬਿਕੋਜ਼ ਪੇਨ ਸੋ ਮੱਚ ਯੂ ਨੋ ਇਨ ਇੰਟਰੈਕਸ਼ਨ, ਡੇ ਟੂ ਡੇ ਇੰਟਰੈਕਸ਼ਨ, ਜਾਂ ਚਾਹੇ ਕੈਮਰਾ ਹੋਏ ਚਾਹੇ ਨਾ ਹੋਏ, ਬਟ ਯੂ ਨੋ ਯੂ ਟਾਕ ਟੂ ਦੇ ਫੀਲ ਦੈਟ ਯੂ ਨੋ ਇਹ ਆਪਣੀ ਨੇ. ਅਤੇ ਮਤਲਬ ਉਹਨਾਂ ਦਾ ਜਿਹੜਾ ਇੰਨਾ ਦੁੱਖ ਸੀ ਉਹ ਸਾਂਝਾ ਕਰਕੇ ਫੀਲ ਵੈਰੀ, ਮਤਲਬ ਯੂ ਨੋ ਇਟਸ ਵੈਰੀ ਯੂ ਸਾਹ ਦੇਖ ਲਈ ਯੂ ਨੋ ਇਸ ਛੋਟੀ ਜਿਹੀ ਉਮਰ 'ਚ ਇੰਨੇ ਲੋਕਾਂ
ਦੀ ਕਹਾਣੀਆਂ ਸੁਣ ਕੇ ਆਈ ਫੀਲ ਦੈਟ ਆਈ ਹੈਵ ਲਿਵਡ ਲਾਈਫ ਦੇ ਅੰਦਰ ਸੋ ਇਟ ਇਜ਼ ਅ ਵੈਰੀ ਇੰਪੋਰਟੈਂਟ ਐਕਸਪੀਰੀਅੰਸ ਵੈਨ ਯੂ ਲਿਸਨ ਟੂ ਸੋ ਮੈਨੀ ਸਟੋਰੀਜ਼ ਐਂਡ ਐਕਸਪੀਰੀਅੰਸਿਸ ਇਟ ਜਸਟ ਮੇਕਸ ਯੂ ਕੁਐਸਚਨ ਕਿ ਵਟ ਇਜ਼ ਦਿਸ ਵਰਲਡ ਆਲ ਅਬਾਊਟ ਔਰ ਜਿਸ ਤਰ੍ਹਾਂ ਤੁਸੀਂ ਇਹਦੇ ਟਾਈਟਲ ਬਾਰੇ ਗੱਲ ਕਰ ਰਹੇ ਸੀ ਕਿ ਯੂ ਨੋ ਤੇ ਮੈਨੂੰ ਲੱਗਦਾ ਸੀ ਕਿ ਜਦ ਇੰਨਾ ਇਨਜਸਟਿਸ ਹੋ ਰਿਹਾ ਸੀ ਤੇ ਸੂਰਜ ਮਤਲਬ ਕਿਸ ਤਰ੍ਹਾਂ ਦੇਖਦਾ ਰਿਹਾ ਮੋਹਨ ਸਿੰਘ ਦੇ ਹਵਾਲੇ ਨਾਲ ਤੁਹਾਨੂੰ ਇਹ ਪੁੱਛਣਾ ਚਾਹੁੰਦਾ ਕਿ ਕਿਰਦਾਰਾਂ ਦੀ ਮੈਂ ਇੰਟਰੋਡਕਸ਼ਨ ਚਾਹੁੰਦਾ ਸੀਗਾ ਇੱਕ ਲੈਵਲ ਤੇ ਕਿ ਤੁਸੀਂ ਨਾ ਉਹਦੇ ਚ ਇੱਕ ਪਹਿਲਾਂ ਇੱਕ ਡਰੱਗ ਅਡਿਕਟ ਦਿਖਾਉਂਦੇ ਹੋ ਜਦੋਂ ਤੁਸੀਂ ਉੱਥੇ ਜਾ ਰਹੇ ਹੋ ਇੱਕ ਪਲੇਸ ਤੇ ਖੜੇ ਹੋ ਤੁਹਾਡੇ ਤੋਂ ਪੈਸੇ ਮੰਗ ਰਿਹਾ ਕਿ ਮੈਂ ਨਸ਼ੇ ਕਰ ਲਾਂ ਹੈ ਨਾ ਫਿਰ ਮੋਹਨ ਸਿੰਘ ਦਾ ਕਿਰਦਾਰ ਆ ਜਾਂਦਾ ਤਾਂ ਜੇ ਆਪਾਂ ਮੋਹਨ ਸਿੰਘ ਦੇ ਕਿਰਦਾਰ ਦੇ ਹਵਾਲੇ ਨਾਲ ਇਹ ਸਮਝੀਏ ਕਿ ਜਿਹੜੇ ਸਾਰੇ ਸਰਵਾਈਵਰ ਨੇ 84 ਤੋਂ ਬਾਅਦ ਦੇ ਜਿਹੜੇ ਬੱਚੇ ਪੈਦਾ ਹੋਏ ਜਿਹੜੀ ਡਰੱਗ ਅਡਿਕਸ਼ਨ ਦੀ ਪ੍ਰੋਬਲਮ ਹੈ ਜਾਂ ਉਹ ਕਿੰਨੀ ਕੁ ਪ੍ਰੈਵਲੈਂਟ ਤੁਹਾਨੂੰ ਲੱਗੀ ਹੈ ਉਸ ਸਾਰੇ ਲੋਕਾਂ ਦੇ ਵਿੱਚ ਵਿਚਰਦਿਆਂ ਬਹੁਤ ਲੋਕ ਨੇ ਜਿਹੜੇ ਡਰੱਗਸ ਲੈ ਰਹੇ ਨੇ ਔਰ ਬਹੁਤ ਈਜ਼ੀਲੀ ਮਿਲਦੀ ਨੇ ਡਰੱਗਸ ਇੰਡੀਆ 'ਚ ਮਤਲਬ ਹਾਲੇ ਤੇ ਕਾਫੀ ਕੁਛ ਕੋਰਟ ਕੇਸ ਚੱਲ ਰਿਹਾ ਹੈਗਾ ਸੈਲੀਬ੍ਰਿਟੀਜ਼ ਤੇ ਬਟ ਇਟਸ ਵੈਰੀ ਈਜ਼ੀਲੀ ਅਵੇਲੇਬਲ ਇਨ ਦਿੱਲੀ ਔਰ ਕੈਮਿਸਟ ਦੀ ਸ਼ੋਪ ਤੇ ਮਿਲਦੀ ਹੈ ਜਦਕਿ ਕੋਹਲੀ ਪੁਲਿਸ ਸਟੇਸ਼ਨ ਹੈਗਾ ਉਹਨਾਂ ਨੇ ਅੱਜ ਤੱਕ ਕਦੀ ਕੁਛ ਨਹੀਂ ਕੀਤਾ ਉਹ ਦੇ ਅਲਾਓ ਦ ਪੀਪਲ ਟੂ ਸੈਲ ਡਰੱਗਸ ਔਰ ਉੱਥੇ ਕਾਫੀ ਲੋਕ ਲੈਂਦੇ ਵੀ ਨੇ ਸੋ ਵਿਚ ਇਜ਼ ਆਈ ਫਾਈਂਡ ਇਟ ਵੈਰੀ ਸਟ੍ਰੇਂਜ ਯੂ ਨੋ ਬਿਕੋਜ਼ ਮੇਰੇ ਕੋਲ ਵੀ ਇੱਕ ਡਰੱਗ ਪੈਡਲਰ ਦਾ ਨੰਬਰ ਮੈਨੂੰ ਕਾਲ ਆਇਆ ਸੀ ਉਹਨਾਂ ਨੇ ਮੈਨੂੰ ਥਰੈਟਨ ਕੀਤਾ ਸੀਗਾ ਕਿ ਤੁਸੀਂ ਕਿਉਂ ਬਣਾ ਕਿਹਦੇ ਉੱਤੇ ਫਿਲਮ ਬਣਾ ਰਹੇ ਹੋ ਡਰੱਗਸ ਦੇ ਉੱਤੇ ਫਿਲਮ ਬਣਾ ਰਹੇ ਹੋ ਤੇ ਨਹੀਂ ਮੈਂ ਉਹਨਾਂ ਨੂੰ ਕਿਹਾ ਕਿ ਨਹੀਂ ਮੈਂ 84 ਦੇ ਉੱਤੇ ਬਣਾ ਰਹੀ ਹਾਂ ਸੋ ਦੇ ਲੈਟ ਮੀ ਗੋ ਲਾਈਕ ਯੂ ਨੋ ਅਦਰਵਾਈਜ਼ ਇਟ ਵਾਜ਼ ਵੈਰੀ ਡਿਫਿਕਲਟ ਫਾਰ ਮੀ ਬਿਕੋਜ਼ ਮੇਰੇ ਕੋਲ ਕੁਝ ਇਹੋ ਜਿਹੇ ਸ਼ਾਟਸ ਸੀਗੇ ਜੋ ਵੈਰੀ ਲਾਈਫ ਥਰੈਟਨਿੰਗ ਜੀ ਜਿੱਦਾਂ ਤੁਸੀਂ ਫਿਰ ਗੱਲ ਕੀਤੀ ਹੋਵੇ ਉਹਨਾਂ ਲੋਕਾਂ ਨਾਲ ਜਾਂ ਉੱਥੇ ਤਾਂ ਇਹ ਜਿਹੜੀ ਡਰੱਗਸ ਨੇ ਇਹ ਡਰੱਗਸ ਉਹਨਾਂ ਲੋਕੈਲਿਟੀਜ਼ ਦੇ ਵਿੱਚ ਉਹ 1984 ਤੋਂ ਬਾਅਦ ਇੰਟਰੋਡਿਊਸ ਹੁੰਦੀਆਂ ਨੇ ਜਾਂ ਉੱਥੇ ਪਹਿਲਾਂ ਹੀ ਹੈਗੀਆਂ ਸੀ ਤੇ ਇਹ ਕੀ ਮਤਲਬ ਇਹਦਾ ਕੀ ਕਨੈਕਸ਼ਨ ਹੈ 1984 ਤੋਂ ਬਾਅਦ ਹੀ ਡਰੱਗਸ ਇੰਟਰੋਡਿਊਸ ਹੋਈਆਂ ਨੇ ਔਰ ਇਹ ਟਾਈਮ ਦੇ ਨਾਲ ਨਾਲ ਉੱਥੇ ਸਰਕੂਲੇਸ਼ਨ ਡਰੱਗਸ ਦਾ ਵਧਾ ਗਿਆ ਅਨਇੰਪਲੋਇਮੈਂਟ ਐਂਡ ਆਲਸੋ ਜਿਹੜੇ ਲੋਕ ਨੇ ਦੇ ਜ਼ਿਆਦਾ ਪੜ੍ਹੇ ਲਿਖੇ ਨਹੀਂ ਨੇ ਉਹਨਾਂ ਨੂੰ ਰੁਝਾਨ ਹੀ ਨਹੀਂ ਹੈ ਸਟੱਡੀਜ਼ ਦੇ ਵੱਲ ਫਿਰ ਦੂਸਰਾ ਜਿਹੜੀ ਉਹਨਾਂ ਦੀ ਮਦਰਸ ਨੇ ਉਹ ਕੰਮ ਤੇ ਜਾ ਰਹੀਆਂ ਨੇ ਤੇ ਇੱਕ ਪੂਰੀ ਜਨਰੇਸ਼ਨ ਜਿਸ ਤਰ੍ਹਾਂ ਨਿਗਲੈਕਟ ਹੋ ਗਈ ਫਿਰ ਇੱਕ ਨੇ ਡਰੱਗ ਲੈਣਾ ਸ਼ੁਰੂ ਕੀਤਾ ਉਹਨੇ ਦੋਸਤਾਂ ਨੇ ਕਿਹਾ ਦੂਸਰੇ ਲੋਕ ਲੈਣ ਲੱਗ ਗਏ ਤੇ ਯੂ ਨੋ ਦੇ ਮੂਵਡ ਔਨ ਇਨ ਟੂ ਵੈਰੀ ਡਾਰਕ ਮਤਲਬ ਵਾਟ ਯੂ ਸੇ ਸਪੇਸ ਆਫ ਲਾਈਫ ਉਹਨਾਂ ਦੀ ਚੋਇਸਿਸ ਬੜੀਆਂ ਡਾਰਕ ਰਹੀਆਂ ਸੀ ਤੁਹਾਨੂੰ ਲੱਗਦਾ ਕਿ ਕਿਤੇ ਨਾ ਕਿਤੇ ਉਹ ਇੱਕ ਬਲੈਕ ਹੋਲ ਦੇ ਵਿੱਚ ਜਿਹੜੇ ਸਾਰਾ ਜਿਹੜੀ ਲਾਈਫ ਹੈ ਉਹ ਖੜੀ ਹੈ ਜੀ ਤਾਂ ਪਰ ਆਪਾਂ ਜਦੋਂ ਮੋਹਨ ਸਿੰਘ ਨਾਲ ਗੱਲ ਕਰਦੇ ਹਾਂ ਤਾਂ ਤੁਸੀਂ ਉਹਨੂੰ ਇੱਕ ਸਵਾਲ ਕਰਦੇ ਹੋ ਕਿ ਵੀ ਜੇ ਤੁਸੀਂ ਆਪਣੇ ਬੀਤੇ ਦੇ ਵਿੱਚ ਜਾ ਕੇ ਕੋਈ ਚੀਜ਼ ਬਦਲਣੀ ਚਾਹੋ ਤਾਂ ਤੁਸੀਂ ਕੀ ਬਦਲੋਗੇ ਤਾਂ ਉਹਨਾਂ ਦਾ ਜਵਾਬ ਹੁੰਦਾ ਕਿ ਮੈਂ ਨਸ਼ੇ ਛੱਡ ਦਿਆਂਗਾ ਹੈ ਨਾ ਮੈਂ ਕੰਮ ਕਰੂੰਗਾ ਤਾਂ ਇਹ ਉਹ ਜਿਹੜਾ ਕਿਰਦਾਰ ਹੈ ਉਹ ਇੱਕ ਕਿਰਦਾਰ ਹੈ ਉਹ ਨਸ਼ੇ ਕਰਨ ਦੀ ਆਦਤ ਨੂੰ ਵੀ ਮੰਨਦਾ ਹੈ ਉਹ ਚੋਰੀ ਕਰਨ ਦੀ ਆਦਤ ਨੂੰ ਵੀ ਮੰਨਦਾ ਹੈ ਤਾਂ ਇੱਕ ਜਿਹੜੀ ਉਹ ਇੱਕ ਕਿਸਮ ਦੀ ਓਨੈਸਟੀ ਤੁਸੀਂ ਉਸ ਕਿਰਦਾਰ 'ਚ ਦੇਖਦੇ ਹੋ ਹਾਲਾਂਕਿ ਉਹ ਇੱਕ ਨੈਗੇਟਿਵ ਕਿਰਦਾਰ ਹੈਗਾ ਤਾਂ ਉਹ ਜਿਹੜਾ ਸਾਰਾ ਪੱਖ ਹੈ ਮਤਲਬ ਕਿ ਉੱਥੇ ਡਰੱਗ ਅਡਿਕਟਸ ਦਾ ਉਹ ਪੱਖ ਕੀ ਹੈ ਉਹ ਇਸ 'ਚੋਂ ਇਸ ਲਾਈਫ 'ਚੋਂ ਨਿਕਲਣਾ ਚਾਹੁੰਦੇ ਨੇ ਕੀ ਮਹਿਸੂਸ ਕਰਦੇ ਨੇ ਉਹ ਆਪਣੇ ਬਾਰੇ ਜੇ ਤੁਸੀਂ ਉਹਨਾਂ ਨਾਲ ਇਨ ਪ੍ਰਾਈਵੇਟ ਗੱਲ ਕਰਦੇ ਹੋ ਜਾਂ ਉਹਨਾਂ ਦੇ ਪਰਿਵਾਰ ਸੀ ਦ ਥਿੰਕ ਇਜ਼ ਗੁਰਸ਼ਮਨ ਯੂ ਨੋ ਸਾਡਾ ਜੱਜ ਕਰਨ ਦਾ ਤਰੀਕਾ ਬੜਾ ਅਜੀਬ ਹੈ ਸੋਸਾਇਟੀ 'ਚ ਜਿਹੜਾ ਬੰਦੇ ਨੂੰ ਅਪਲਿਫਟਮੈਂਟ ਕਰਨੀ ਚਾਹੀਦੀ ਹੈ ਅਸੀਂ ਉਹਨੂੰ ਕਰਦੇ ਨਹੀਂ ਆ ਅਸੀਂ ਉਹਨੂੰ ਜੱਜ ਕਰਦੇ ਹਾਂ ਅਸੀਂ ਕਹਿੰਦੇ ਹਾਂ ਕਿ ਇਹ ਤੇ ਬੇਕਾਰ ਹੈ ਇਹ ਤੇ ਡਰੱਗਸ ਲੈਂਦਾ ਇਹ ਤੇ ਕਿੱਚੜ 'ਚ ਹੈਗਾ ਤੇ ਅਰੇ ਤੁਸੀਂ ਉਹਨੂੰ ਕਿੱਚੜ ਤੋਂ ਚੁੱਕੋਗੇ ਬੰਦਾ ਬਣਾਓਗੇ ਤਦ ਹੀ ਤੇ ਬੰਦਾ ਬਣੇਗਾ ਨਾ ਉਹ ਤੇ ਯੂ ਨੋ ਵਟ ਆਈ ਮੀਨ ਹੁਣ ਸੋਸਾਇਟੀ ਪੂਰੀ ਚਾਹੇ ਦਿੱਲੀ ਦੇ ਬਹੁਤ ਅੱਛੀ ਕਮਿਊਨਿਟੀ ਹੈ ਸਿੱਖ ਕਮਿਊਨਿਟੀ ਹੈਗੀ ਹੈ ਬਟ ਲਾਈਕ ਓਨਲੀ ਵੈਰੀ ਫਿਊ ਪੀਪਲ ਹੈਵ ਦੈਟ ਕਾਇੰਡ ਆਫ ਕੰਪੈਸ਼ਨ ਐਂਡ ਲਵ ਫੋਰ ਕਿ ਬਈ ਇਹਨਾਂ ਨੂੰ ਕੋਈ ਰੋਜ਼ਗਾਰ ਦੇ ਅਵਸਰ ਦਿੱਤੇ ਜਾਣ ਜਾਂ ਪੜ੍ਹਾਈਆਂ ਦੀ ਤਰਫ ਮੋੜਿਆ ਜਾਏ ਉਸ ਹਿਸਾਬ ਨਾਲ ਬਟ 90% ਪੀਪਲ ਆਰ ਵੈਰੀ ਜਜਮੈਂਟਲ ਅਬਾਊਟ ਦਿਸ ਇੰਟਾਇਰ ਕੋਲੋਨੀ ਦੇ ਸੇ ਕਿ ਇਹਨਾਂ ਦਾ ਕੁਛ ਨਹੀਂ ਹੋ ਸਕਦਾ ਅਸੀਂ ਜਾਣਦੇ ਹਾਂ ਪੈਸੇ ਮੰਗਦੇ ਨੇ ਜਾਂ ਸਮਥਿੰਗ ਸੀ ਦ ਥਿੰਗ ਇਜ਼ ਦੈਟ ਐਵਰੀ ਇੰਡੀਵਿਜੁਅਲ ਹੈਜ਼ ਟੂ ਬੀ ਟ੍ਰੀਟਡ ਵਿਦ ਡਿਗਨਿਟੀ ਯੂ ਨੋ ਅਗਰ ਇੱਕ ਆਦਮੀ ਗਲਤ ਕਰ ਰਿਹਾ ਜਾਂ ਕੁਛ ਇਹੋ ਜਿਹੀ ਚੀਜ਼ ਕਰ ਰਿਹਾ ਜੋ ਤੁਹਾਨੂੰ ਠੀਕ ਨਹੀਂ ਲੱਗਦੀ ਇਹਦਾ ਮਤਲਬ ਇਹ ਨਹੀਂ ਕਿ ਸਾਰੀ ਕੁਆਲਿਟੀ ਖਰਾਬ ਹੈ ਸੋ ਵੀ ਨੀਡ ਟੂ ਹੈਵ ਦੈਟ ਕਾਇੰਡ ਆਫ ਕੰਪੈਸ਼ਨ ਐਂਡ ਹਿਊਮੈਨਿਟੀ ਅਮੰਗਸ ਅਸ ਟੂ ਸੇ ਕਿ ਇਨਸਟੈਡ ਆਫ ਉਹਨਾਂ ਨੂੰ ਕੰਬਲ ਦੇਣਾ ਜਾਂ ਫਿਰ ਸੋਚਣਾ ਕਿ ਬਈ ਅਸੀਂ ਚਲੋ ਬਈ ਸਾਨੂੰ ਪੁੰਨ ਮਿਲੇਗਾ ਇੱਥੇ ਲੰਗਰ ਕਰਾ ਦਿਓ ਮਤਲਬ ਵੀ ਨੀਡ ਟੂ ਮੂਵ ਅਬਵ ਵੀ ਨੀਡ ਟੂ ਸਟੋਪ ਥਿੰਕਿੰਗ ਕਿ ਸਾਨੂੰ ਕੀ ਮਿਲੇਗਾ
यू नो वी नीड टू थिंक कि इना द अपलिफ्टमेंट किस तरह हो सकता है इवन इफ इट टेक्स अनदर 5 years 10 years बट यू नो हाउ डू वी मूव एन एंटायर जनरेशन दैट इज इनटू ड्रग्स टूवर्ड्स अ न्यू लीज ऑफ लाइफ यू नो मे बी वन कैन ट्राई एंड सी कि इन्हों उतो रीलोकेट ही कर दिता जाए दैट मे बी वन वे कि पूरा जब सर्कल चेंज होता है बंदे का फ्रेंड्स चेंज होते हैं तो अपने आप एक नवी लाइफ की तरह बंदा मूव करता है एंड ऑल्सो इक्वल ऑपरचुनिटीज ऑफ वर्क दीज आर द वेज दैट वी कैन इंक्लूड दैम इन टू द सोसाइटी रादर दैन सेइंग कि यह गंद है गंदे लोग ने ड्रग्स ने सिखी च ड्रग्स नहीं होंगे तो इस करके इन्हों साइड पर ही रखो अंदर नहीं आने चाहिए दीज आर थिंग्स विच आर नॉट इंकलूसिव बाबा नानक ने सू नहीं सिखाया लेकिन असि आज डिस्क्रिमिनेशन अलग लेवल से ले जा चुके हैं ਜਿੱਦਾਂ ਤੁਸੀਂ ਦੱਸਿਆ ਇਹਨਾਂ ਲੋਕੈਲਿਟੀਜ਼ ਦਾ ਇੱਕ ਜਦੋਂ ਤੁਸੀਂ ਫਿਲਮ ਦੇ ਵਿੱਚ ਵੀ ਇਹ ਬਿਆਨ ਕਰਦੇ ਹੋ ਕਿ ਜਦੋਂ ਇਹ ਜਿਹੜੇ ਮਕਾਨ ਨੇ ਉਹ ਡੈਵਸਟੇਟਡ ਕਰ ਦਿੱਤੇ ਜਾਂਦੇ ਤਾਂ ਫਿਰ ਮਕਾਨਾਂ ਦੀ ਅਲੋਟਮੈਂਟ ਹੁੰਦੀ ਹੈ ਤਾਂ ਜਿਹੜਾ ਤਿਲਕ ਵਿਹਾਰ ਦਾ ਇਲਾਕਾ ਉਹ ਵੀ ਅਲੋਟਮੈਂਟ ਦਾ ਇਲਾਕਾ ਜਿਹਦੇ 'ਚ ਅਲੋਟ ਕੀਤਾ ਗਿਆ ਇਹਨਾਂ ਨੂੰ ਤਾਂ ਉਸ ਇਹ ਜਿਹੜੇ ਸਾਰੇ ਵਿਕਟਮਸ ਨੇ ਮੈਂ ਇਹ ਚੀਜ਼ ਪੁੱਛਣੀ ਚਾਹ ਰਿਹਾ ਸੀ ਤੁਸੀਂ ਇੱਕ ਕੁਲਦੀਪ ਕੌਰ ਦੇ ਨਾਲ ਉਹਦੇ ਪਹਿਲੇ ਵਾਲੇ ਘਰ ਜਾਂਦੇ ਹੋ ਜਿੱਥੇ ਉਹਦਾ ਪਹਿਲਾ ਘਰ ਹੁੰਦਾ ਤਾਂ ਇਹ ਇਹਦੇ ਵਿੱਚ ਇਹ ਜਿਹੜੇ ਸਾਰੇ ਲੋਕ ਨੇ ਇਹ ਜਿੱਥੋਂ ਡਿਸਪਲੇਸ ਹੋ ਕੇ ਆਏ ਨੇ ਤੇ ਇਹ ਜਿੱਥੇ ਆ ਹੁਣ ਰਹਿ ਰਹੇ ਨੇ ਤੇ ਉਹ ਜਿਹੜਾ ਇੱਕ ਜਗ੍ਹਾ ਨੂੰ ਛੱਡਣ ਦਾ ਲੋਸ ਹੈ ਜਾਂ ਉੱਥੇ ਮੁੜ ਕੇ ਉਹ ਗਏ ਨੇ ਕਦੇ ਨਹੀਂ ਗਏ ਇਹ ਜਿਹੜਾ ਸਾਰਾ ਉਹਨਾਂ ਦਾ ਰਿਲੇਸ਼ਨਸ਼ਿਪ ਹੈ ਆਪਣੀ ਪਹਿਲੀ ਜਗ੍ਹਾ ਦੇ ਨਾਲ ਤੇ ਨਵੀਂ ਜਗ੍ਹਾ ਦੇ ਨਾਲ ਤੁਸੀਂ ਉਹਨੂੰ ਕਿੱਦਾਂ ਸਮਝਦੇ ਹੋ ਦੇਖੋ ਕੀ ਹੁੰਦਾ ਹੈ ਗੁਰਸ਼ਿਮਰ ਇੱਕ ਤਰੀਕੇ ਨਾਲ ਅੱਛਾ ਹੀ ਹੈ ਕਿ ਉਹ ਉਸ ਪੁਰਾਣੇ ਘਰਾਂ 'ਚ ਨਹੀਂ ਰਹਿ ਰਹੇ ਬਿਕੋਜ਼ ਪਤਾ ਕੀ ਹੈ ਉਹ ਘਰਾਂ ਦੇ ਨਾਲ ਇੰਨੀ ਮੈਮਰੀਜ਼ ਜੁੜੀਆਂ ਹੋਈਆਂ ਨੇ ਯੂ ਨੋ ਸਮ ਆਫ ਦੇਮ ਆਰ ਈਵਨ ਦੇਅਰ ਹਲੋ ਹੁਣ ਜਿਸ ਤਰ੍ਹਾਂ ਕੁਛ ਲੋਕਾਂ ਦੇ ਘਰ ਹਲੇ ਵੀ ਹੈਗੇ ਨੇ ਕੁਛ ਲੋਕਾਂ ਦੇ ਨਹੀਂ ਹੈਗੇ ਕਿਉਂਕਿ ਜਲਾ ਦਿੱਤਾ ਗਿਆ ਸੀ ਜਾਂ ਜੋ ਵੀ ਸੀ ਤੇ ਇੱਕ ਪੂਰੀ ਮਤਲਬ ਬਹੁਤ ਸਾਰੇ ਲੋਕੀ ਉੱਥੋਂ ਉਜੜ ਕੇ ਇੱਕ ਨਵਾਂ ਜਗ੍ਹਾ ਉਹਨਾਂ ਨੂੰ ਗਵਰਨਮੈਂਟ ਨੇ ਕਰ ਦਿੱਤੇ ਸੋ ਆਈ ਥਿੰਕ ਇਨ ਅ ਵੇ ਇਟ ਇਜ਼ ਗੁੱਡ ਫੋਰ ਦੇਮ ਬਿਕੋਜ਼ ਯੂ ਨੋ ਇੱਕ ਘਰ ਦੇ ਨਾਲ ਉਹਦੇ ਚਾਰ ਦੀਵਾਰਾਂ ਦੇ ਨਾਲ ਬੜੀ ਸਾਰੀ ਕਹਾਣੀਆਂ ਜੁੜੀਆਂ ਹੁੰਦੀਆਂ ਨੇ ਕੁਛ ਦਾ ਆਪਣੇ ਹਸਬੈਂਡ ਦੇ ਨਾਲ ਬੱਚੇ ਹੁੰਦੇ ਨੇ ਉਹ ਸਭ ਯੂ ਨੋ ਡੋਟ ਇਮੋਸ਼ਨਲ ਸਟ੍ਰਿੰਗਸ ਆ ਦੇ ਤੇ ਅਗਰ ਉਹਨਾਂ ਨੂੰ ਨਵਾਂ ਘਰ ਮਿਲਿਆ ਮਤਲਬ ਨਵਾਂ ਵੀ 30 years ਪੁਰਾਣਾ ਹੋ ਗਿਆ ਆਲਮੋਸਟ ਬਟ ਸਟਿਲ ਇਟ ਇਜ਼ ਬੈਟਰ ਆਈ ਥਿੰਕ ਬਟ ਹਾਂ ਇੱਕ ਚੀਜ਼ ਪ੍ਰੋਬਲਮ ਹੈ ਕਿ ਇੱਕ ਇਹੋ ਜਿਹੀ ਜਗ੍ਹਾ ਜਿੱਥੇ ਆਪਣਾ ਦੁੱਖ ਸਾਂਝਾ ਸਭ ਕਰ ਸਕਦੇ ਨੇ ਬਟ ਇੱਕ ਇਹੋ ਜਿਹੀ ਜਗ੍ਹਾ ਵੀ ਵਲਨਰੇਬਲ ਬਣ ਜਾਂਦੀ ਹੈ ਸਪੇਸ ਜਿੱਥੇ ਕਿ ਬਹੁਤ ਸਾਰੇ ਡਰੱਗ ਪੈਡਲਿੰਗ ਐਂਡ ਡਰੱਗ ਪ੍ਰੈਕਟਿਸਿੰਗ ਹੁੰਦੀ ਹੈ ਵਿਚ ਇਜ਼ ਰੀਅਲੀ ਨੋਟ ਗੁੱਡ ਫੋਰ ਦੈਮ ਯੂ ਨੋ ਬਿਕੋਜ਼ ਇੱਕ ਬੰਦਾ ਅਗਰ ਨਿਕਲਣਾ ਵੀ ਚਾਹੇ ਉਹ ਕਦੀ ਨਿਕਲ ਨਹੀਂ ਸਕਦਾ ਬਿਕੋਜ਼ ਯੂ ਨੋ ਦ ਇੰਟਾਇਰ ਸਪੇਸ ਇਜ਼ ਅਬਾਊਟ ਯੂ ਨੋ ਦ ਸ਼ੇਅਰਡ ਲੋਸ ਆਫ 1984 the shared memories of 1984 they now it is very important for them ki utho udhar jana bahut important hai in a way to them good if they are able to you know sell off and go somewhere else ਤਾਂ ਜਿੱਦਾਂ ਜਦੋਂ ਆਪਾਂ ਉੱਥੇ ਵਿਜ਼ਿਟ ਹੁੰਦਾ ਤਾਂ ਤੁਸੀਂ ਦੇਖਿਆ ਕਿ ਉੱਥੇ ਇੱਕ ਹਿੰਦੂ ਲੋਕ ਕੁਛ ਬੈਠੇ ਨੇ ਬਜ਼ੁਰਗ ਹੈ ਉਹਨੂੰ ਪਛਾਣ ਲੈਂਦੇ ਉਹ ਕੁਲਦੀਪ ਕੌਰ ਜੀ ਪਛਾਣ ਲੈਂਦੇ ਨੇ ਅਤੇ ਕਹਿੰਦੇ ਨੇ ਕਿ ਮੈਂ ਉਸ ਸਰਦਾਰ ਦੀ ਵਾਈਫ ਹਾਂ ਤਾਂ ਜਿਹੜੇ ਉੱਥੋਂ ਦੇ ਦੂਜੀ ਕਮਿਊਨਿਟੀਜ਼ ਦੇ ਲੋਕ ਸੀਗੇ ਕਿਉਂਕਿ ਇਹਦੇ ਵਿੱਚ ਜਿਹੜਾ ਜਿਹੜੀ ਚੀਜ਼ ਸਾਹਮਣੇ ਆਉਂਦੀ ਹੈ ਉਹ ਦੂਜੇ ਅਕਾਊਂਟਸ ਨਾਲ ਵੀ ਇਹ ਚੀਜ਼ ਸਾਹਮਣੇ ਆਈ ਹੈ ਕਿ ਬਹੁਤੀ ਵਾਰੀ ਜਿਹੜੇ ਅਟੈਕਸ ਨੇ ਉਹ ਨੇਬਰਸ ਨੇ ਹੀ ਕੀਤੇ ਨੇ ਤਾਂ ਜਿਹੜੇ ਉਹ ਲੋਕ ਸੀਗੇ ਜਿਨ੍ਹਾਂ ਨੇ ਅਟੈਕ ਕੀਤੇ ਨੇਬਰਸ ਨੇ ਉਹ ਉਹਨਾਂ ਦਾ ਰਵੱਈਆ ਤੁਸੀਂ ਉਹਨਾਂ ਨੂੰ ਰਿਕਾਰਡ ਨਹੀਂ ਕੀਤਾ ਫਿਲਮ ਦੇ ਵਿੱਚ ਜਾਂ ਉਹਨਾਂ ਤੁਸੀਂ ਮਿਲਣ ਦੀ ਕੋਸ਼ਿਸ਼ ਕੀਤੀ ਜਿਹੜੇ ਲੋਕ ਅਟੈਕ ਦਾ ਕਿਵੇਂ ਹਿੱਸਾ ਬਣ ਗਏ ਉਹ ਤੁਹਾਡਾ ਸਾਰਾ ਐਕਸਪੀਰੀਅੰਸ ਕੀ ਹੈ ਨਹੀਂ ਗੁਰਸ਼ਿਮਰ ਮੇਰਾ ਜੋ ਐਕਸਪੀਰੀਅੰਸ ਸੀ ਉਹ ਇਹ ਹੈਗਾ ਕਿ ਨੇਬਰਸ ਨੇ ਅਟੈਕ ਨਹੀਂ ਕੀਤਾ ਜਿਹੜੇ ਅਟੈਕ ਕਰਨ ਵਾਲੇ ਸੀ ਦੰਗਾਈ ਲੋਕ ਉਹ ਸਾਰੇ ਬਾਹਰੋਂ ਹੀ ਆਏ ਸੀ 90% ਆਫ ਦੈਮ ਵਰ ਫਰੋਮ ਆਊਟਸਾਈਡ Some of them were from neighborhood as well, but you know, 90 or maybe 80% were from outside. They, see, the thing is ki loki utte gal nahi karna chahnde. Even if I want to talk to people who did it, jis tarah Jagdish Tyler da interview hoya. But they will always be in denial. Ki kuch assi te bachan gaye si, assi kuch kita hi nahi. You know, saab mere ko aaj sari ladies aandiyan ne, matlab sahayata mangan waste ye wo. So, mostly people, A, they don't want to talk about it. B, I'll never be able to identify them. Because they'll never come and say, ki, haan, main kitta siga. You know? Aur minu lagda hai, kitna kitte, minu Delhi na lai problem jandi hai. Minu lagda hai ki, Delhi che kuch na kuch hai ho jaan event ho na, innu memorize, matlab, commemorate karan waste, bahut important hai. Kyunki kitna हाँ क्योंकि कितना कितने एक मैसेज जाना चाहिए यू नो दिल्ली के अंदर कि भाई यू नो
the see asi forgive kita hai forgive kita that's important for us to forgive and forgiveness is much much stronger than revenge ji so that kind of message or every a message jana bahut important hai guys closure hona bahut important hai mujhe lagta hai ji ਤਾਂ ਜਿੱਦਾਂ ਤੁਸੀਂ ਇਹਦੇ 'ਤੇ ਮੈਂ ਵਾਪਸ ਆਊਂਗਾ ਤੁਸੀਂ ਬੁੱਲੇ ਸ਼ਾਹ ਦੇ ਉਹ ਕਾਫੀ ਦੇ ਨਾਲ ਫਿਲਮ ਨੂੰ ਜਿਹੜਾ ਸੀਗਾ ਐਂਡ ਕੀਤਾ ਸੀਗਾ ਮੈਂ ਐਂਡ 'ਤੇ ਤੁਹਾਨੂੰ ਪੁੱਛੂਗਾ ਇਸ ਰਿਗਾਰਡਿੰਗ ਵੀ ਜਿੱਦਾਂ ਆਪਾਂ ਦੇਖਦੇ ਹਾਂ ਉਸ ਫਿਲਮ ਦੇ ਵਿੱਚ ਨਾ ਤੁਸੀਂ ਇੱਕ ਲੋਹੜੀ ਦਾ ਫੈਸਟੀਵਲ ਦਿਖਾਇਆ ਉਸ ਲੋਹੜੀ ਦੇ ਫੈਸਟੀਵਲ ਦਾ ਹੁਣ ਤੁਸੀਂ ਕੀ ਸਮਝਦੇ ਹੋ ਜਿਹੜੀ ਉਹ ਸਾਰੀ ਕਲੋਨੀ ਹੈ ਜਦੋਂ ਐਡੇ ਵੱਡੇ ਸਮੇਂ 'ਚ ਗੁਜ਼ਰੀ ਹੈ ਤਾਂ ਜਿਹੜੇ ਤਿਉਹਾਰ ਨੇ ਹੁਣ ਉਹਨਾਂ ਦਾ ਜਿਹੜਾ ਤਿਉਹਾਰ ਨੇ ਉਹਨਾਂ ਦੇ ਮਤਲਬ ਕਿ ਤਿਉਹਾਰਾਂ ਦਾ ਉਹਨਾਂ ਦੀ ਜ਼ਿੰਦਗੀ 'ਚ ਕੀ ਮਤਲਬ ਰਹਿ ਗਿਆ ਜਾਂ ਉਹਨਾਂ ਲਈ ਤਿਉਹਾਰ ਕੀ ਮਾਇਨੇ ਰੱਖਦੇ ਨੇ ਨਹੀਂ ਨਹੀਂ ਤਿਉਹਾਰ ਤੇ ਤਿਉਹਾਰ ਨੇ ਤੇ ਸੈਲੀਬ੍ਰੇਟਡ ਲਾਈਕ ਆਲ ਨਾਰਮਲ ਪੀਪਲ ਜਿਸਾ ਅਸੀਂ ਕਰਨੇ ਆਪਣੇ ਘਰਾਂ ਦੇ ਵਿੱਚ ਲੋਹੜੀ ਜਾਂ ਗੁਰਪੁਰਬ ਦੀਵਾਲੀ ਉਸ ਤਰ੍ਹਾਂ ਉਹ ਕਰਦੇ ਹੈਗੇ ਨੇ ਇਹੋ ਜਿਹੀ ਕੋਈ ਗੱਲ ਨਹੀਂ ਹੈ ਐਂਡ ਦੇ ਲਾਈਕ ਟੂ ਬੀ ਨਾਰਮਲ ਯੂ ਨੋ ਓਨੈਸਟਲੀ ਦੇ ਵਾਂਟ ਟੂ ਸੈਲੀਬ੍ਰੇਟ ਦੇ ਸੰਡੇਜ਼ ਦੇ ਵਾਂਟ ਟੂ ਗੋ ਆਊਟ ਈਟ ਆਊਟ ਔਨ ਸੰਡੇਜ਼ ਜਿਸ ਤਰ੍ਹਾਂ ਕੋਈ ਵੀ ਮੈਂ ਕਹਿੰਦਾ ਦੁਨੀਆ ਭਰ 'ਚ ਲੋਕ ਇਸ ਤਰ੍ਹਾਂ ਹੀ ਕਰਦੇ ਨੇ ਕਿ ਵੀਕਐਂਡ ਮਨਾਉਂਦੇ ਨੇ also they also want to do it and I think it's perfectly good they have every right to do it you know why not ji it is a good thing it's a positive sign only that they are you know trying to be okay with whatever life is bringing them now ਤਾਂ ਉਹਦੇ ਵਿੱਚ ਜਿਹੜਾ ਪੋਲੀਟੀਕਲ ਐਂਗਲ ਹੈ ਤੁਸੀਂ ਉਹਦੇ ਵਿੱਚ ਜਗਦੀਸ਼ ਟਾਈਟਲਰ ਦਾ ਐਂਗਲ ਵੀ ਦਿਖਾਇਆ ਸ਼੍ਰੋਮਣੀ ਅਕਾਲੀ ਦਲ ਦਾ ਐਂਗਲ ਵੀ ਦਿਖਾਇਆ ਤਾਂ ਫਿਰ ਤੁਸੀਂ ਸ਼੍ਰੋਮਣੀ ਕਮੇਟੀ ਦੇ ਜਿਹੜੇ ਵੋਟਾਂ ਨੇ ਉਹਨਾਂ ਦਾ ਐਂਗਲ ਵੀ ਦਿਖਾਇਆ ਤਾਂ ਜਿਹੜਾ ਸਾਰਾ ਪੋਲੀਟੀਕਲ ਐਂਗਲ ਹੈ ਜਿਹੜੀ ਪੋਲਿਟਿਕਸ ਹੈ ਜਾਂ ਪੋਲੀਟੀਸ਼ੀਅਨਸ ਦਾ ਜਿਹੜਾ ਰੋਲ ਹੈ ਉਸ ਨੂੰ ਤੁਹਾਡੇ ਤਜਰਬੇ ਦੇ ਹਿਸਾਬ ਨਾਲ ਜਿਹੜੇ ਵਿਕਟਿਮ ਨੇ ਉਹ ਕਿੱਦਾਂ ਲੈਂਦੇ ਨੇ ਵਿਕਟਿਮਸ ਕਿਸਾ ਲੈਂਦੇ ਨੇ ਸੀ I think most of them are aware that you know na the nal politics kiti gayi hai inne time to vote back bank politics kiti gayi hai jo unhone bhi kitne na kitne accept kiti because unhanu hi paisyan di zarurat si ya sahayata di zarurat si ya jis tarah bhi and I think they are very much aware that you know they have unhone jis tarah bhi jis bhi political party ne unhadi help karne di koshish kiti they have taken it because I'm sure unhade bacche us vele vadde ho rahe si padhaiyan kar rahe si unhanu paisyan di zarurat si te ਨੋ ਕੰਪਨਸੇਸ਼ਨ ਇਨਕਰੀਸ ਹੋਇਆ ਜਾਂ ਫਿਰ ਕੁਝ ਵੀ ਇਹੋ ਜਿਹੀ ਚੀਜ਼ ਹੋਈ ਤੇ ਇਲੈਕਸ਼ਨਸ ਦੇ ਅਰਾਊਂਡ ਤੋ ਦੇ ਹੈਵ ਬੀਨ ਰਿਸਿਪੀਐਂਟ ਟੂ ਇਟ ਬਟ ਇਟ ਇਜ਼ ਵੈਰੀ ਸੈਡ ਦੈਟ ਮੈਸੇਕਰਸ ਆਰ ਸੋ ਪੋਲੀਟੀਕਲ ਔਰ ਮਤਲਬ ਜਿਹੜਾ ਜਿੰਨੇ ਵੀ ਪੋਲੀਟੀਕਲ ਪਾਰਟੀਜ਼ ਨੇ ਨੋ ਵਨ ਇਜ਼ ਮਤਲਬ ਵੈਰੀ ਫਿਊ ਪੀਪਲ ਆਈ ਵੁੱਡ ਸੇ ਮੈਂ ਪੋਲੀਟੀਕਲ ਪਾਰਟੀਜ਼ ਦੀ ਗੱਲ ਤਾਂ ਨਹੀਂ ਕਰਾਂਗੀ ਮੁਸ਼ਕਿਲ ਹੋ ਜਾਏਗਾ ਬਟ ਪੋਲੀਟੀਕਲ ਜਿਹੜੇ ਨੇਤਾ ਹੈਗੇ ਨੇ they are very few of them are actually compassionate towards them but of course there are very good people as well ji ji ਅਤੇ ਜਿਹੜੀ ਸਾਰੀ ਤੁਹਾਡੀ ਜਿਹੜੀ ਸਾਰੀ ਫਿਲਮ ਸਾਜ਼ੀ ਹੈ ਦਸਤਾਵੇਜ਼ੀ ਹੈ ਇਹ ਔਰਤਾਂ ਦੀਆਂ ਜ਼ਿੰਦਗੀਆਂ ਦੇ ਹਵਾਲੇ ਨਾਲ ਜਿਹੜੀ ਡਿਪਿਕਟ ਕਰਦੀ ਹੈ ਔਰਤਾਂ ਦੀ ਜ਼ਿੰਦਗੀ ਨੂੰ ਮੋਹਨ ਸਿੰਘ ਦਾ ਕਿਰਦਾਰ ਆਪਾਂ ਇੱਕ ਛੱਡਦੀ ਹੈ ਉਹਦੇ ਵਿੱਚ ਵੀ ਔਰਤਾਂ ਦਾ ਕਾਫੀ ਅਮਲ ਦਖਲ ਹੈ ਉਹਦੀ ਸਾਰੀ ਜ਼ਿੰਦਗੀ ਦੇ ਵਿੱਚ ਜਾਂ ਜਦੋਂ ਤੁਸੀਂ ਉਹਨੂੰ ਇੰਟਰੋਡਿਊਸ ਕਰਦੇ ਹੋ ਤਾਂ ਇਹਦੇ ਵਿੱਚ ਜਿਹੜੇ ਆਦਮੀ ਨੇ ਜਿਹੜੇ ਮਰਦ ਨੇ ਉਹ ਤੁਹਾਨੂੰ ਉੱਥੇ ਦਿਖਦੇ ਨਹੀਂ ਜਾਂ ਤੁਸੀਂ ਹੋਰ ਥਾਵਾਂ ਤੇ ਜਦੋਂ ਜਾਂਦੇ ਹੋ ਤਾਂ ਉਹ ਜਿਹੜੇ ਜਿਹੜੇ ਬਾਅਦ ਦੇ ਵੀ ਸਰਵਾਈਵਰ ਨੇ ਉਹ ਸਰਵਾਈਵਰ ਮਤਲਬ ਕਿ ਉਹਨਾਂ ਦੇ ਵਿੱਚੋਂ ਵੀ ਬਹੁਤ ਜ਼ਿਆਦਾ ਕਿਰਦਾਰ ਤੁਸੀਂ ਨਹੀਂ ਲਏ ਤੁਸੀਂ ਔਰਤਾਂ ਦਾ ਇਹ ਕਿਰਦਾਰ ਹੀ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਤਾਂ ਇਹਦੇ ਪਿੱਛੇ ਤੁਹਾਡੀ ਕੀ ਸਮਝ ਸੀ ਸੀ ਦ ਥਿੰਗ ਇਜ਼ ਦੈਟ ਵਾਟ ਹੈਪਨਸ ਦੈਟ ਯੂ ਨੋ ਇਸ ਪੂਰੇ ਮੈਸੇਕਰ ਚ ਮੈਕਸਿਮਮ ਜਿਹੜੇ ਲੋਕੀ ਮਰੇ ਉਹ ਮੈਨ ਸੀਗੇ ਆਦਮੀ ਹਾਂ ਆਦਮੀਆਂ ਨੂੰ ਜ਼ਿਆਦਾ ਮਾਰਿਆ ਗਿਆ ਚਾਹੇ ਉਹ ਹਸਬੈਂਡ ਜ਼ੋਨ ਚਾਹੇ ਸਨ ਜ਼ੋਨ ਔਰਤਾਂ ਨਾਲ ਜਨਰਲੀ ਯੂ ਨੋ ਫੋਰ ਸਮ ਰੀਜ਼ਨ ਦੇ ਸਰਵਾਈਵ ਕਈਆਂ ਨਾਲ ਰੇਪ ਵੀ ਬੜੇ ਹੋਏ ਇਸ ਕਰਕੇ ਵੀ ਸਰਵਾਈਵ ਕੀਤਾ ਤੇ ਇਸ ਕਰਕੇ ਜਿਹੜਾ ਨਾ ਮੈਨੂੰ ਸਰਵਾਈਵਲ ਸਟੋਰੀ 100% ਫਰੋਮ ਵਿਮਨ ਪਰਸਪੈਕਟਿਵ ਨਾਲ ਹੀ ਦਿਖ ਰਹੀ ਸੀ ਬਿਕੋਜ਼ ਜੀ ਮਤਲਬ ਮੈਨੂੰ ਮੈਂ ਦੇਖਿਆ ਇੰਨੀ ਸਾਰੀ ਔਰਤਾਂ ਹੈਗੀਆਂ ਨੇ ਇਹਨਾਂ ਦੇ ਮਰਦ ਨਹੀਂ ਹੈਗੇ ਮਤਲਬ ਯੂ ਨੋ ਦੇ ਹਸਬੈਂਡਸ ਆਰ ਨੋ ਮੋਰ ਤੇ ਇਸ ਕਰਕੇ ਮਤਲਬ ਇਟ ਵਾਸ ਵੈਰੀ ਨੈਚੁਰਲ ਫੋਰ ਮੀ ਟੂ ਸ਼ੋਅ ਦਾ ਫਿਲਮ ਥਰੂ ਪਰਸਪੈਕਟਿਵ ਆਫ ਵਿਮਨ ਹੂ ਹੈਵ ਬਿਕਮ ਦ ਬ੍ਰੈਡ ਅਰਨਰਸ ਬਿਕੋਜ਼ ਇਹ ਉਹ ਔਰਤਾਂ ਨੇ ਜਿਨ੍ਹਾਂ ਨੂੰ ਘਰ ਦੇ ਬਾਹਰ ਕਦਮ ਰੱਖਣਾ ਨਹੀਂ ਆਉਂਦਾ ਸੀ ਪੜ੍ਹਨਾ ਲਿਖਣਾ ਨਹੀਂ ਆਉਂਦਾ ਸੀ ਲੇਕਿਨ ਇਹਨਾਂ ਨੇ ਸਭ ਕੁਛ ਸਿੱਖਿਆ ਜਾਣਿਆ ਸਿੱਖਿਆ ਐਂਡ ਦੈਨ ਆਪਣੀ ਜ਼ਿੰਦਗੀ ਨੂੰ ਮਤਲਬ ਅੱਗੇ ਮਤਲਬ ਆਪਣੇ ਬੱਚਿਆਂ ਦੀ ਜ਼ਿੰਦਗੀ ਵਧਾਉਣ ਵਾਸਤੇ ਦੇ ਸਟਾਰਟਡ ਡੂਇੰਗ ਜੋਬਸ ਆਈ ਥਿੰਕ ਇਟ ਵਾਸ ਲਾਈਕ ਵੈਰੀ ਫੀਨੋਮੀਨਲ ਫੋਰ ਮੀ ਕਿ ਇੱਕ ਔਰਤ ਕੀ ਕਰ ਸਕਦੀ ਹੈ ਆਪਣੀ ਫੈਮਿਲੀ ਵਾਸਤੇ ਜੀ ਤੁਸੀਂ ਇਟ ਡਸਨਟ ਮੀਨ ਦੈਟ ਆਮ ਪੈਸ਼ਨਲ ਟੁਵਰਡਸ ਮੈਨ ਇਟ ਡਸਨਟ ਮੀਨ ਰੀਅਲੀ ਜੀ ਜੀ ਇਟਸ ਨਾਟ ਲਾਈਕ ਦੈਟ
ਤਾਂ ਜਿੱਦਾਂ ਤੁਸੀਂ ਸਵਾਲ ਇੱਕ ਵਿੱਚ ਰੱਖਦੇ ਹੋ ਫਿਲਮ ਦੇ ਵਿੱਚ ਕਿ ਜਿਹੜੀ ਤੁਹਾਡੀ ਐਕਸਟਰਨਲ ਆਇਡੈਂਟੀਟੀ ਆ ਉਹ ਤੁਹਾਡੇ ਕਿਰਦਾਰ ਨੂੰ ਤੈਅ ਕਰਦੀ ਹੈ, ਕਿਸੇ ਆਦਮੀ ਦੇ ਕਿਰਦਾਰ ਨੂੰ ਉਹਦੀ ਐਕਸਟਰਨਲ ਆਇਡੈਂਟੀਟੀ ਤੈਅ ਕਰ ਸਕਦੀ ਹੈ, ਤਾਂ ਜਿਹੜੀ ਐਕਸਟਰਨਲ ਆਇਡੈਂਟੀਟੀ ਹੈ ਉਹਨਾਂ ਸਰਵਾਈਵਰਸ ਦੇ ਵਿੱਚ, ਹੁਣ ਜਿਹੜੀ ਸਿੱਖ ਆਇਡੈਂਟੀਟੀ ਹੈ ਉਸ ਨੂੰ ਲੈ ਕੇ ਉਹ ਉਹਨਾਂ ਦਾ ਕੀ ਰਿਸ਼ਤਾ ਹੈ? ਆਈਦਰ ਦੇ ਆਰ ਹੋਸਟਾਈਲ ਟੂ ਇਟ ਔਰ ਦੇ ਆਰ ਮੋਰ ਕਲਿੰਗ ਟੂ ਇਟ, ਤਾਂ ਕਿੱਦਾਂ ਉਹ ਇਹ ਸਾਰੀ ਆਪਣੀ ਜਿਹੜੀ ਸਿੱਖ ਆਇਡੈਂਟੀਟੀ ਹੈ ਉਸ ਦੇ ਨਾਲ ਉਹ ਹੁਣ ਕਿੱਦਾਂ ਦੀ ਵਾਪਸਤਗੀ ਰੱਖਦੇ ਨੇ? See, the thing is that, you know, of course, many of them have moved on from the Sikh identity. Kahi logon ne apne vaal kata le ya kahi case nahi rakhde, pagdi nahi rakhde, because unhon nu dar lagda hai gai ki sadna is tarah hoya si ya sadi family ch is tarah hoya si te dobara na ho jaye. But I think, you know, kitne na kitne inclusion di bahut zarurat hai, kitne na kitne is cheez di bahut zarurat hai ki assi samjhiye unhon nu aur matlab unhon nu ਸਾਡਾ ਮੋਰਲ ਜਿਹੜਾ ਹੈਗਾ ਹੈ, ਕੀ ਕਹਿੰਦੇ ਨੇ, ਪੁੰਨਿਆ ਦੇ ਕਰਮਾਂ ਨੂੰ ਉੱਪਰ ਕਰਨ ਵਾਸਤੇ ਉਹਨਾਂ ਨੂੰ ਨਾ ਦੇਖੀਏ ਕਿ ਬਈ ਇਹਨਾਂ ਨੂੰ ਦੇ ਦਿਓ, ਸਾਡੀ ਰਿਸਪੋਂਸਿਬਿਲਿਟੀ ਖਤਮ ਹੋ ਗਈ ਸ਼ਾਰਟਕੱਟ 'ਚ। ਇੰਸਟਡ ਆਫ ਦੈਟ, ਇਫ ਵੀ ਨੀਡ ਟੂ, ਯੂ ਨੋ, ਇੰਕਲੂਡ ਦੈਮ ਇਨ ਆਰ ਸੋਸਾਇਟੀ, ਇੰਕਲੂਡ ਦੈਮ ਐਂਡ, ਯੂ ਨੋ, ਮਤਲਬ ਇਨ ਇਨ ਟੂ ਦ ਮੇਨ ਸਟ੍ਰੀਮ ਆਫ ਲਾਈਫ, ਹੈਵ ਫੂਡ ਵਿਦ ਦੈਮ ਇਨ ਅ ਨੋਰਮਲ ਵੇ, ਜਿਸ ਤਰ੍ਹਾਂ ਅਸੀਂ ਤੁਸੀਂ ਘਰ ਖਾਣਾ ਖਾਂਦੇ ਹਾਂ, ਉਸ ਤਰੀਕੇ ਨਾਲ ਉਹਨਾਂ ਨਾਲ ਬੈਠ ਕੇ ਕਦੀ ਖਾਣਾ ਖਾਈਏ, ਯੂ ਨੋ, ਜਸਟ ਸ਼ੇਅਰ ਕੀ ਹੋ ਰਿਹਾ ਲਾਈਫ ਤੋਂ, ਜਿਸ ਦਿਨ ਅਸੀਂ ਔਰ ਇਹ ਸਾਰੀ ਗੱਲਾਂ ਵੀ ਕਰੀਏ, ਸਿੱਖ ਆਈਡੈਂਟੀਟੀ ਦੀ ਵੀ ਗੱਲਾਂ ਕਰੀਏ, ਤੇ ਜਿਸ ਦਿਨ ਅਸੀਂ ਉਹਨਾਂ ਨਾਲ ਇੱਕ ਨੋਰਮਲ ਤਰੀਕੇ ਨਾਲ ਡਾਇਲੋਗ ਕਰ ਸਕਾਂਗੇ ਸ਼ੁਰੂ, ਤੇ ਆਈ ਥਿੰਕ ਇਟ ਵਿਲ ਬੀ ਵੈਰੀ ਡਿਫਰੈਂਟ। ਐਂਡ ਆਲਸੋ ਵੈਰੀ ਇੰਪੋਰਟੈਂਟ ਇਜ, ਗੁਰਸ਼ਮ ਜੀ, ਜ਼ਿਆਦਾ ਮੈਸੇਕਰਸ ਹੁੰਦੇ ਨੇ, ਇਹ ਇੱਕ ਤਾਂ ਫਿਜ਼ੀਕਲ ਲੋਸ ਹੁੰਦਾ ਹੈ, ਪ੍ਰੋਪਰਟੀ, ਯੂ ਨੋ, ਜਾਨ, ਯੇ ਵੋ, ਔਰ ਇੱਕ ਨਾ ਇਮੋਸ਼ਨਲ ਲੋਸ ਬਹੁਤ ਹੁੰਦਾ ਹੈ, ਇਮੋਸ਼ਨਲ ਵੈਲਬੀਂਗ ਲੋਸ ਹੁੰਦਾ ਹੈ, ਉਹਦੀ ਗੱਲ ਕੋਈ ਨਹੀਂ ਕਰਦਾ, ਸੈਡਲੀ ਇਨਫ, ਬਿਕੋਜ਼, ਯੂ ਨੋ, ਵੀ ਆਰ ਆਲਵੇਜ਼ ਸੋ ਸ਼ਾਰਟ ਆਫ ਰਿਸੋਰਸਿਸ ਕਿ ਅਸੀਂ ਬਾਹਰਲੀ ਚੀਜ਼ਾਂ ਦੀ ਜ਼ਿਆਦਾ ਗੱਲ ਕਰਨੇ, ਲੇਕਿਨ ਜਿਹੜੇ ਅੰਦਰ ਦਰਦ ਹੈ, ਜਿਹੜੀ ਇਮੋਸ਼ਨਲ ਵੈਲਬੀਂਗ ਦਾ ਜਿਹੜੀ ਪ੍ਰੋਬਲਮ ਹੁੰਦੀ ਹੈ, ਉਹਦੀ ਕੋਈ ਗੱਲ ਨਹੀਂ ਕਰਦਾ ਹੈਗਾ। ਉਹ ਅੱਜ ਤੱਕ ਉਹਨਾਂ ਨੇ ਤਾਂ ਬਹੁਤ ਘੱਟ ਲੋਕਾਂ ਨੇ ਉਹਨਾਂ ਨਾਲ ਉਹੋ ਜਿਹੀ ਗੱਲਾਂ ਕੀਤੀਆਂ ਨੇ, ਤੇ ਜਿਹੜੀ ਡੂੰਘੀਆਂ ਗੱਲਾਂ ਨੇ, ਯੂ ਨੋ, ਉਹ ਕਰਨੀ ਬਹੁਤ ਜ਼ਰੂਰੀ ਹੈ, ਯੂ ਨੋ, ਵਿਚ ਵਿਚ ਇਨਵੋਲਵਸ ਮੈਂਟਲ ਹੈਲਥ, ਜਿਸ ਅੱਜ ਕੱਲ੍ਹ ਕਿਹਾ ਜਾਂਦਾ ਹੈ, ਇਮੋਸ਼ਨਲ ਹੈਲਥ ਹੈ, ਵਿਚ ਇਜ਼ ਵੈਰੀ ਵੈਰੀ ਇੰਪੋਰਟੈਂਟ ਫਾਰ ਅਸ ਟੂ ਡੂ ਇਨ ਅ ਵੈਰੀ ਨੋਰਮਲ ਵੇ। ਤਾਂ ਜਿਹੜਾ ਤੁਸੀਂ ਮੈਂਟਲ ਹੈਲਥ ਦੀ ਗੱਲ ਕੀਤੀ, ਤਾਂ ਤੁਸੀਂ ਜਦੋਂ ਡਰੱਗ ਐਡਿਕਸ਼ਨ ਵੀ ਉੱਥੇ ਦੇਖਿਆ, ਤਾਂ ਜਿਹੜੀ ਮੈਂਟਲ ਹੈਲਥ ਦੀਆਂ ਸਮੱਸਿਆਵਾਂ ਨੇ ਸਰਵਾਈਵਰਸ ਦੇ ਵਿੱਚ, ਉਹ ਵੀ ਤੁਹਾਨੂੰ ਦਿਖੀਆਂ ਨੇ? ਹਾਲਾਂਕਿ ਤੁਸੀਂ ਇਸ ਸੱਚ ਨੂੰ ਡਿਪਿਕਟ ਨਹੀਂ ਕੀਤਾ, ਡਰੱਗ ਐਡਿਕਸ਼ਨ ਨੂੰ ਡਿਪਿਕਟ ਕੀਤਾ, ਪਰ ਤੁਹਾਡਾ ਤਜਰਬੇ 'ਚ ਆਈਆਂ ਕਿ ਮਾਨਸਿਕ ਸਮੱਸਿਆਵਾਂ ਦੇ ਨਾਲ ਵੀ ਉਹ ਲੋਕ ਕਿਤੇ ਨਾ ਕਿਤੇ ਜੂਝ ਰਹੇ ਆ। ਨਹੀਂ, ਮਾਨਸਿਕ ਨਹੀਂ, ਆਈ ਵੁੱਡ ਸੇ ਇਮੋਸ਼ਨਲ, ਬਿਕੋਜ਼ ਇਮੋਸ਼ਨ ਤੋਂ ਹੀ ਮਾਨਸਿਕ ਹੁੰਦਾ ਹੈ, ਬਟ ਇਟਸ ਨਾਟ ਲਾਈਕ ਕਿ ਕੋਈ ਪਾਗਲ ਹੋ ਗਿਆ, ਇਟਸ ਨਾਟ ਲਾਈਕ ਦੈਟ, ਇੰਨਾ ਐਕਸਟ੍ਰੀਮ ਨਹੀਂ ਸੀ, but it was more about emotional, carrying that emotional trauma in your everyday life, not being able to let it go, ya fir trying to seek a closure where there is none, te eh sari jehdi gallan ne na, which is very important, sa unko hi jehda mental health professional hai ya fir koi counselor hai ya psychiatrist hai, oh hi gallan kar sakte ne unna naal, ya fir ek acha dost bhi kar sakta hai, ek acha dost jo unna nu judge na kare, ਜੋ ਇੱਕ ਪਲੇਸ ਆਫ ਕੰਪੈਸ਼ਨ ਤੋਂ ਆਏ, ਦੈਟ ਵੀ ਔਰ ਸ਼ੀ ਇਜ਼ ਆਲਸੋ ਕੁਆਲੀਫਾਈਡ ਟੂ ਡੂ ਥੀਸ ਟਾਕਸ ਵਿਦ। ਕੋਈ ਅਜਿਹਾ ਕਿਰਦਾਰ ਜਾਂ ਕੋਈ ਅਜਿਹੀ ਕਹਾਣੀ ਇਸ ਫਿਲਮ ਦੇ ਵਿੱਚ ਜਿਹੜੀ ਤੁਸੀਂ ਲਿਆ ਨਹੀਂ ਸਕੇ ਕਿਸੇ ਕਾਰਨਵਸ਼, ਪਰ ਤੁਸੀਂ ਲਿਆਉਣਾ ਚਾਹੁੰਦੇ ਸੀ? ਇੱਕ ਨਾ ਮੋਹਨ ਤੋਂ ਪਹਿਲੇ ਇੱਕ ਹੋਰ ਬੰਦੇ ਸੀਗੇ, ਉਹਨਾਂ ਦਾ ਨਾਮ ਮੈਂ ਭੁੱਲ ਰਹੀ ਹਾਂ, ਤੇ ਉਹ ਤੇ ਪੂਰਾ ਸਰਬਤ ਸੂਰਤ ਸਿੱਖ ਸੀ ਐਂਡ ਉਹ ਨਸ਼ੇ ਕਰਦਾ ਸੀ, ਐਂਡ ਮੈਂ ਉਹਨਾਂ ਦੀ ਪਰਮਿਸ਼ਨ ਤੋਂ ਹੀ ਫਿਲਮਿੰਗ ਸਟਾਰਟ ਕੀਤੀ, ਬਟ ਲੇਟਰ ਔਨ ਸਮਵੇਅਰ ਹੀ ਸੈਡ ਕਿ ਹੀ ਇਜ਼ ਨੋਟ ਇੰਟਰਸਟਿਡ ਇਨ ਬੀਇੰਗ ਅ ਪਾਰਟ ਆਫ ਦ ਫਿਲਮ, ਬਿਕੋਜ਼ ਉਹ ਲੋਕੀ ਉਹਨਾਂ ਨੂੰ ਜਦ ਮੇਰੇ ਨਾਲ ਦੇਖਦੇ ਸੀ ਤੇ ਉਹ ਸੋਚਦੇ ਸੀ ਕਿ ਭਈ ਅਸੀਂ ਇਹਨਾਂ ਦੇ ਉੱਤੇ ਕੋਈ ਫਿਲਮ ਬਣਾ ਦਿਆਂਗੇ ਜਾਂ ਕੁਛ, ਤੇ ਉਹਨਾਂ ਨੂੰ ਨਸ਼ੇ ਨਹੀਂ ਮਿਲ ਰਹੇ ਸੀ, ਤੇ ਉਹ ਡਰੱਗ ਪੈਡਲਰਸ ਉਹਨਾਂ ਨੂੰ ਨਸ਼ੇ ਦੇਣੇ ਬੰਦ ਕਰਤੇ, ਤੇ ਫਿਰ ਹੀ ਬਿਕੇਮ ਵੈਰੀ, ਮਤਲਬ ਉਹ ਹੋ ਗਿਆ ਕਿ ਭਈ ਨਹੀਂ, ਮੈਂ ਨਹੀਂ ਫਿਲਮ ਦਾ ਪਾਰਟ ਮੈਂ ਨਹੀਂ ਬਣਾਵਾਂਗਾ, then I had no choice but to drop him, then we found Mohan Singh. ਜੀ ਜੀ, ਤਾਂ ਜਿੱਦਾਂ ਤੁਸੀਂ, ਮੈਂ ਪਹਿਲਾਂ ਸ਼ੁਰੂ 'ਚ ਕਿਹਾ ਸੀਗਾ ਕਿ ਜਦੋਂ ਇੱਦਾਂ ਦੀਆਂ ਟ੍ਰੈਜਡੀਜ਼ ਹੁੰਦੀਆਂ ਨੇ ਤਾਂ ਉਹ ਸਿਨੇਮੇ 'ਤੇ ਜਿਹੜੀਆਂ ਪਰਦਾ ਪੇਸ਼ ਉਹਨੂੰ ਕੀਤਾ ਗਿਆ ਵਰਡ ਦੇ ਵਿੱਚ ਵੀ ਆਪਾਂ ਦੇਖੀਆਂ ਟ੍ਰੈਡੀਸ਼ਨਸ, ਤੁਸੀਂ ਕੀ ਇਹਦੀ ਇੰਪੋਰਟੈਂਸ ਸਮਝਦੇ ਹੋ ਕਿ ਜਦੋਂ ਇਸ ਕਿਸਮ ਦੀਆਂ ਜਿਹੜੀਆਂ ਟ੍ਰੈਜਡੀਜ਼ ਨੇ ਉਹ ਸਿਨੇਮੇ ਦੀ ਸਨਫ ਦੇ ਵਿੱਚ ਜਾਂ ਜਿਹੜਾ ਸਿਨੇਮੈਟੋਗ੍ਰਾਫੀ ਜਾਂ ਸਿਨੇਮੇ ਦੇ ਰੂਪ ਦੇ ਵਿੱਚ ਉਹਨੂੰ ਆਪਾਂ ਪਰਦਾ ਪੇਸ਼ ਕਰਦੇ ਹਾਂ, ਤਾਂ ਉਹਦਾ ਕੀ ਰੋਲ ਹੈ, ਉਹਦੀ ਸਿਗਨੀਫਿਕੈਂਸ ਕੀ ਹੈ ਉਸ ਸਾਰੇ ਅਮਲ ਦੀ? ਸਿਗਨੀਫਿਕੈਂਸ ਇਹ ਹੁੰਦੀ ਹੈ ਕਿਸੇ ਵੀ ਕਹਾਣੀ ਦੀ ਕਿ
it's a proof of cinema, a good cinema, a good film is a proof of space and time and what is happening in that space of time. Sadly enough, duniya bhi aajkal filma bandiyan ne, you know, they are very superficial and entertaining and all that. Koi bhi space and time che ki ho rahe hain, sade mudde ki ne, odi koi gal nahi karda hai. ਤੇ ਇੱਕ ਅੱਛਾ ਫਿਲਮ ਜਿਹੜੀ ਹੁੰਦੀ ਹੈ, ਚਾਹੇ ਉਹ ਸੱਤਿਆਜੀਤ ਰੇ ਬਣਾ ਲੈਣ ਜਾਂ ਸ਼ਾਮ ਬੇਨੇਗਲ ਬਣਾਈ, ਰਿਤਵਿਕ ਘਟਕ, ਇੰਨੇ ਅੱਛੇ ਅੱਛੇ ਫਿਲਮ ਮੇਕਰਸ ਹੋਏ ਨੇ ਮ੍ਰਿਣਾਲ ਸਿੰਘ. ਸੋ ਦੇ ਆਲਵੇਜ਼ ਸਪੋਕ ਅਬਾਊਟ, ਯੂ ਨੋ, ਵਾਟ ਆਰ ਵਾਟ ਇਜ਼ ਹੈਪਨਿੰਗ ਇਨ ਦ ਸੋਸਾਇਟੀ. ਐਟ 1970 'ਚ ਅਗਰ ਕੋਈ ਫਿਲਮ ਬਣੀ ਹੈ ਤੇ ਇਟ ਵਿਲ ਟਾਕ ਅਬਾਊਟ ਵਾਟ ਵਾਜ ਹੈਪਨਿੰਗ ਇਨ 1970. 77 'ਚ ਬਣੀ ਹੈ, ਦੈਨ ਯੂ ਸ਼ੁਡ ਟਾਕ ਅਬਾਊਟ ਐਮਰਜੈਂਸੀ. ਮੇ ਬੀ ਦ ਫਿਲਮ ਇਜ਼ ਨੋਟ ਅਬਾਊਟ ਐਮਰਜੈਂਸੀ, ਬਟ ਇਟ ਹੈਜ਼ ਟੂ ਟਾਕ ਅਬਾਊਟ something about what was happening that time. You know, a good filmmaker will never shy away from having his own political consciousness into the stories, into the films. But everyone wants to safeguard them and everyone wants to make money. That has become a primary concern. So then it doesn't really, you know, fare well, because then your intentions get compromised if you are only thinking about getting popular and getting rich by making films. But an honest filmmaker will always talk about the contemporary issues that are happening to the society and put them into the stories. And you know, whether it is culture or art or films or documentaries, but it has to reflect, or theater, whatever, it has to reflect. If it doesn't, there is something wrong. ਜੀ, ਤਾਂ ਜਿੱਦਾਂ ਤੁਹਾਡੀ ਫਿਲਮ ਨੂੰ ਨੈਸ਼ਨਲ ਅਵਾਰਡ ਮਿਲਿਆ, ਮੈਨੂੰ ਵੀ ਕਾਫੀ ਸਮੇਂ ਬਾਅਦ ਪਤਾ ਲੱਗਿਆ, ਬਟ ਦ ਫਸਟ ਥਿੰਗ ਕਲਿਕਡ ਮੀ ਇਜ਼ ਦ ਟਾਈਟਲ 1984 ਫਰਮ ਦ ਸਨ ਡਿਡਨਟ ਰਾਈਜ਼. ਸੋ ਇਹ ਟਾਈਟਲ ਜਿਹੜਾ ਸੀਗਾ, ਇਹ ਤੁਸੀਂ ਕਿਸ ਤਰ੍ਹਾਂ ਤੁਹਾਡੇ ਮਨ 'ਚ ਆਇਆ, ਜਾਂ ਇਹਦੀ ਕੀ ਕਹਾਣੀ ਹੈ ਟਾਈਟਲ ਦੇਣ ਦੀ, ਜਾਂ ਇਹ ਤੁਸੀਂ ਕਿੱਦਾਂ ਸੋਚਿਆ ਵੀ ਇਹ ਟਾਈਟਲ ਹੋਣਾ ਚਾਹੀਦਾ, ਤੇ ਇਹਦਾ ਸਿੰਬੋਲਿਜ਼ਮ ਕੀ ਹੈ? ਮਤਲਬ ਮੈਨੂੰ ਲੱਗਦਾ ਸੀ ਕਿ ਦੇਖੋ, ਜਦ ਸੂਰਜ ਆਉਂਦਾ ਹੈ ਤੇ ਸਾਰੀ ਲਿਵਿੰਗ ਬੀਇੰਗਸ ਨੂੰ ਜਿਸਾਂ ਐਨਰਜੀ ਮਿਲਦੀ ਹੈ, ਚਾਨਣ ਮਿਲਦਾ ਹੈ, ਪੌਦੇ ਗਰੋ ਕਰਦੇ ਨੇ, ਮਤਲਬ ਯੂ ਨੋ, ਬਰਡਸ ਨੇ, ਐਨੀਮਲਸ ਨੇ, ਹਿਊਮਨ ਬੀਇੰਗਸ ਨੇ, ਵੀ ਆਲ ਗੈਟ ਅਪ ਐਂਡ ਵੀ ਸਟਾਰਟ ਮੂਵਿੰਗ ਐਂਡ ਗੋਇੰਗ ਅਹੈਡ ਵਿਦ ਆਰ ਲਾਈਵਸ. ਬਟ ਮੈਨੂੰ ਲੱਗਦਾ ਕਿ ਸੂਰਜ ਚਾਨਣ ਦੇ ਵਿੱਚ ਕਤਲੇਆਮ ਕਿਸ ਤਰ੍ਹਾਂ ਹੋ ਸਕਦਾ ਹੈ? ਕਤਲੇਆਮ ਜਾਂ ਫਿਰ ਰੇਪ ਜਾਂ ਇਹੋ ਜਿਹੀ ਕਾਨੂੰਨੀ ਜਿਹੜੀ ਹਰਕਤਾਂ ਨੇ, ਇਹ ਤੇ ਮਤਲਬ ਜਦ ਕਾਲੇ ਪੰਛੀ ਹੁੰਦੀਆਂ ਨੇ, ਜਦ ਸੂਰਜ ਨਹੀਂ ਹੋਏ ਤਦ ਹੁੰਦੀਆਂ ਨੇ, ਜਾਂ ਰਾਤ 'ਚ ਹੁੰਦੀਆਂ ਨੇ, ਜਦ ਦਿਨ ਦਹਾੜੇ ਇਹੋ ਜਿਹਾ ਸਭ ਚੀਜ਼ਾਂ ਹੋਇਆ, ਤੇ ਮੈਨੂੰ ਐਸਾ ਲੱਗਿਆ ਕਿ ਇਹ ਉਹ ਦਿਨ ਹੋਣਗੇ ਜਦ ਸੂਰਜ ਆਇਆ ਹੀ ਨਹੀਂ ਹੋਏਗਾ. ਮਤਲਬ ਸਿੰਬੋਲਿਕਲੀ ਸੂਰਜ ਵਾਜ਼ ਨੋਟ ਦੇ, ਸਨ ਵਾਜ਼ ਨੋਟ ਦੇ, ਕਿਉਂਕਿ ਸਨ ਹੁੰਦਾ, ਚਾਨਣ ਹੁੰਦਾ ਤੇ ਇੰਨਾ ਇਨਜਸਟਿਸ ਨਹੀਂ ਹੁੰਦਾ. ਸੋ ਦੈਟ ਵਾਜ਼ ਦਾ ਆਈਡੀਆ. ਤੁਸੀਂ ਹਾਂ ਯਾ ਤੁਸੀਂ ਨੀਰਾ ਦੱਸ ਰਹੇ ਹੋ ਕਿ ਯੂ ਆਰ ਡਿਪਿਕਟਿੰਗ ਡਾਰਕ. ਯਾ ਰਾਈਟ. ਤੇ ਜਿਸ ਦਿਨ ਸੂਰਜ ਚੜਿਆ ਨਹੀਂ, ਇਸ ਦਾ ਜੀ ਹਾਂਜੀ. ਤਾਂ ਜਿੱਦਾਂ ਤੁਸੀਂ ਜੋ ਬੁੱਲੇ ਸ਼ਾਹ ਦੀ ਕਾਫੀ ਹੈ, ਉਸ ਦੇ ਨਾਲ ਤੁਸੀਂ ਇਹਨੂੰ ਮੁਕਾਉਂਦੇ ਹੋ ਫਿਲਮ, ਜਦੋਂ ਆਖਰੀ ਸੀਨ ਤੁਹਾਡਾ ਹੈਗਾ, ਇੱਕ ਨੁਕਤੇ ਤੇ ਗੱਲ ਮੁੱਕਦੀ ਹੈ, ਤਾਂ ਉਹਦਾ ਕੀ ਸੰਦਰਭ ਹੈ? ਤੇ ਤੁਸੀਂ ਜਦੋਂ ਇਹਨਾਂ ਸਰਵਾਈਵਰਸ ਨਾਲ ਗੱਲ ਕਰਦੇ ਹੋ, ਜਸਟਿਸ ਵੀ ਨਹੀਂ ਹੈ, ਉਹ ਬੋਲਦੇ ਵੀ ਨੇ ਵਿੱਚ, ਤਾਂ ਇਹਦੇ ਵਿੱਚ ਜਿਹੜੀ ਸੈਂਸ ਆਫ ਕਲੋਜਰ ਹੈ, ਉਹ ਕਿਸ ਹਵਾਲੇ ਨਾਲ, ਚਾਹੇ ਸਰਵਾਈਵਰ ਦੇ ਹਵਾਲੇ ਨਾਲ, ਉਹ ਸੈਂਸ ਆਫ ਕਲੋਜਰ ਕੀ ਹੈ ਹਾਲ ਫਿਲਹਾਲ? ਦੇਖੋ, ਪਤਾ ਬੜੀ ਸਿੰਪਲ ਜਿਹੀ ਹੈ, ਛੋਟੀ ਜਿਹੀ ਹੈ ਲਾਈਫ. ਮੈਨੂੰ ਲੱਗਦਾ ਹੈ ਕਿ ਯੂ ਨੋ, ਜਾਂ ਤਾਂ ਅਸੀਂ, ਸਾਡੇ ਨਾਲ ਜੋ ਪਾਸਟ 'ਚ ਹੋਇਆ, ਚਾਹੇ ਉਹ 84 ਹੋਏ ਜਾਂ ਕੋਈ ਵੀ, ਮਤਲਬ ਘਰਾਂ ਦੇ ਵਿੱਚ ਵੀ ਇੰਨਾ ਕੁਛ ਹੁੰਦਾ ਹੈਗਾ, ਯੂ ਨੋ, ਰਿਲੇਸ਼ਨਸ਼ਿਪਸ 'ਚ ਹੁੰਦਾ, ਜਾਂ ਤਾਂ ਫਿਰ ਅਸੀਂ ਉਹਨੂੰ, ਮਤਲਬ ਪਾਸਟ ਨੂੰ ਅਸੀਂ ਉਹਨੂੰ ਸੱਚਾਈ ਬਣਾ ਕੇ ਬੈਠ ਜਾਈਏ ਅੱਜ ਦੀ, ਔਰ ਆਪਣਾ ਜਿਹੜਾ ਅੱਜ ਦਾ ਵੇਲਾ ਹੈਗਾ ਉਹਨੂੰ ਸਪੈਂਡ ਕਰ ਦਿੱਤੀਏ ਉਸ, ਮਤਲਬ ਦੁੱਖ ਦੇ ਅੰਦਰ, ਹੈ ਨਾ. ਜਾਂ ਫਿਰ ਅਸੀਂ ਇਸ ਤਰ੍ਹਾਂ ਕਰੀਏ ਕਿ ਜਿਹੜਾ ਦੁੱਖ ਸਾਨੂੰ ਆਇਆ ਉਹਨੂੰ ਅਸੀਂ ਦੇਖੀਏ ਉਹਨੂੰ ਕਿਸ ਤਰ੍ਹਾਂ ਕਨਵਰਟ ਕੀਤਾ ਜਾ ਸਕਦਾ ਆਪਣੀ ਸਟਰੈਂਥ ਦੇ ਵਿੱਚ, ਅਸੀਂ ਉਹ ਤੋਂ ਕੀ ਲਰਨ ਕਰ ਸਕਦੇ ਹਾਂ, ਆਪਣੇ ਆਉਣ ਵਾਲੇ ਅੱਜ ਨੂੰ, ਆਪਣੇ ਆਉਣ ਵਾਲੇ ਕੱਲ੍ਹ ਨੂੰ ਕਿਸ ਤਰ੍ਹਾਂ ਬਿਹਤਰ ਬਣਾ ਸਕਦੇ ਹਾਂ. ਆਈ ਥਿੰਕ ਦੈਟ ਇਜ਼ ਦ ਲਰਨਿੰਗ ਆਫ ਦਿਸ ਇੰਟਾਇਰ ਥਿੰਗ. ਸੋ ਮਤਲਬ ਮੈਨੂੰ ਲੱਗਦਾ ਸੀ ਕਿ ਯੂ ਨੋ, ਔਰ ਅਸੀਂ ਚਾਹੇ ਕਿੰਨੇ ਅਲੱਗ ਹੋਈਏ ਦੇਖਣ ਨੂੰ, ਕੋਈ ਸਿੱਖ ਹੈ, ਕੋਈ ਹਿੰਦੂ ਹੈ, ਕੋਈ ਮੁਸਲਿਮ ਹੈ, ਬਟ ਸਾਡੇ ਅੰਦਰ ਜੋਤ ਤਾਂ ਇੱਕ ਹੀ ਹੈ ਨਾ, ਰੱਬ ਦੀ. ਤੇ ਯੂ ਨੋ, ਜਸਟ ਟੂ ਆਈਡੈਂਟੀਫਾਈ ਵਨ ਹਿਊਮਨ ਬੀਂਗ ਵਿਦ ਅਨਦਰ, ਕਿੰਨਾ ਕਿੰਨਾ ਇੰਪੋਰਟੈਂਟ ਹੈ ਸਾਡਾ ਜੁੜਨਾ ਇੱਕ ਦੂਸਰੇ ਨਾਲ. ਜੀ, ਤਾਂ ਹਾਊ ਇਟ ਚੇਂਜ ਯੂ ਪਰਸਨਲੀ? ਮੰਨ ਲਓ ਤੁਸੀਂ ਜਦੋਂ ਇਹ ਸਾਰਾ ਫਿਲਮ ਬਣਾਈ, ਜਾਂ ਫਿਲਮ ਦਾ ਪਹਿਲਾਂ ਇੱਕ ਸੋਚਿਆ ਸੀ, ਫਿਰ ਤੁਸੀਂ ਇੱਕ ਉਹਦੇ ਪੂਰੇ ਅਮਲ 'ਚੋਂ ਗੁਜ਼ਰੇ, ਤਾਂ ਉਸ ਅਮਲ ਤੋਂ ਬਾਅਦ ਜਦੋਂ ਫਿਲਮ ਬਣ ਗਈ, ਤਾਂ ਤੁਸੀਂ ਹਾਊ ਯੂ ਚੇਂਜ ਪਰਸਨਲੀ ਆਫਟਰ ਦਿਸ? ਕਿ ਮੰਨ ਲਓ ਜਦੋਂ, ਉਸ ਤੋਂ ਪਹਿਲਾਂ ਤੇ ਤੁਹਾਡੇ ਬਾਅਦ ਦੇ ਵਿੱਚ ਕੀ ਫਰਕ ਆਇਆ ਤੁਹਾਨੂੰ ਪਰਸਨਲੀ, ਕੀ ਲੱਗਦਾ? ਪਤਾ ਨਹੀਂ, ਮੈਨੂੰ ਲੱਗਦਾ ਮੈਂ ਯੋਗੀ ਹੋ ਗਈ, ਬਿਕੋਜ਼
it's like, you know, listening to so many people, sharing their jo bhi dukh hai, memories ne, they, matlab, it just changes you so much as a human being. You just become so different, you know. ਤੁਹਾਨੂੰ ਲੱਗਦਾ ਮੈਨੂੰ ਜਿਸਾ ਆਪਣੇ ਅੰਦਰ ਜਿਸ ਲੱਗਦਾ ਕਿ ਇੰਨੀ ਕਹਾਣੀਆਂ ਨੇ, ਇੰਨੇ ਸਾਰੇ ਐਕਸਪੀਰੀਅੰਸਿਸ ਨੇ ਜਿਹੜੇ ਅਬਜ਼ਰਵ ਕੀਤੇ ਨੇ ਕਿ ਇਟਸ ਆਲਮੋਸਟ ਲਾਈਕ ਲਿਵਿੰਗ ਇੱਕ ਹੀ ਜ਼ਿੰਦਗੀ 'ਚ, ਜਿਸ ਨੂੰ ਕਹਿੰਦੇ ਨੇ ਨਾ 100 ਜ਼ਿੰਦਗੀਆਂ ਜੀਣਾ, ਅਤੇ ਉਹ ਜਿਹੀ ਇੱਕ ਮਹਿਸੂਸ ਹੁੰਦੀ ਹੈ, ਮਤਲਬ ਅੰਦਰੋਂ ਇੱਕ ਭਾਵਨਾ ਇਹੋ ਜਿਹੀ ਆਉਂਦੀ ਹੈਗੀ ਹੈ। ਤੋ ਆਲਸੋ ਆਈ ਥਿੰਕ ਆਲਸੋ ਇਟ ਜਸਟ ਮੇਕਸ ਯੂ ਵੈਰੀ ਮੈਚੋਰਡ ਐਂਡ ਆਲਸੋ ਮੇ ਬੀ ਬੈਟਰ ਹਿਊਮਨ ਬੀਂਗ, ਯੂ ਨੋ, ਦੈਨ ਵਾਟ ਆਈ ਵਾਜ਼ ਬਿਫੋਰ। ਮੇਰਾ ਲਾਸਟ ਸਵਾਲ ਹੈ, ਇਹ ਇੱਕ ਜਦੋਂ ਤੁਸੀਂ ਫਿਲਮ ਵੀ ਬਣਾਈ ਹੈ ਜਾਂ 84 ਦਾ ਜਿਹੜਾ ਸਾਰਾ ਸ਼ੱਕ ਹੈ ਉਹ ਇੱਕ ਫੇਥ 'ਤੇ ਬੇਸ ਕਰਦਾ ਹੈ, ਇੱਕ ਆਈਡੈਂਟੀ 'ਤੇ ਬੇਸ ਕਰਦਾ, ਉਹ ਆਈਡੈਂਟੀ ਦੀ ਵਜ੍ਹਾ ਕਰਕੇ ਵਾਪਰਿਆ, ਅਤੇ ਇੰਨੇ ਸਾਲ ਬਾਅਦ ਕਿੱਦਾਂ ਤੁਸੀਂ ਦੇਖਦੇ ਹੋ ਕਿ ਉਹ ਜਿਹੜਾ ਫੇਥ ਹੈ, ਚਾਹੇ ਉਹ ਸਰਵਾਈਵਰ ਨੇ ਜਾਂ ਕੋਈ ਵੀ ਲੋਕ ਨੇ, ਜਿਹੜੇ ਸਰਵਾਈਵਰ ਨੇ ਉਹਨਾਂ ਦੇ ਵਿੱਚ ਫੇਥ ਦੀ ਹੁਣ ਕੀ ਇੰਪੋਰਟੈਂਸ ਹੈ, ਉਹਨਾਂ ਦੀ ਲਾਈਫ ਦੇ ਵਿੱਚ ਉਹ ਫੇਥ ਜਿਹੜਾ ਕਿੱਥੇ ਖੜਾ, ਸੈਂਟਰਲ ਹੈ, ਉਹ ਸਾਈਡਲਾਈਨ ਹੋ ਗਿਆ, ਜਾਂ ਉਹਨਾਂ ਦੀ ਲਾਈਫ ਨੂੰ ਹੁਣ ਅੱਗੇ ਉਹ ਫੇਥ ਕਿਵੇਂ ਤੋਰ ਰਿਹਾ। ਇਫ ਯੂ ਟਾਕਿੰਗ ਅਬਾਊਟ ਰਿਲੀਜੀਅਨ, ਆਈ ਥਿੰਕ ਦੈਟਸ ਵਾਟ ਯੂ ਮੀਨ ਬਾਈ ਫੇਥ। ਯੈਸ ਯੈਸ ਯੈਸ। ਸੋ ਯਾ, ਮੋਸਟ ਆਫ ਦੇਮ ਆਰ ਵੈਰੀ ਰਿਲੀਜੀਅਸ, ਐਟ ਲੀਸਟ ਦ ਵਿਮਨ ਆਰ ਵੈਰੀ ਰਿਲੀਜੀਅਸ। ਉਹ ਬੜੇ ਤਰੀਕੇ ਨਾਲ ਹਰ ਸੰਡੇ ਗੁਰਦੁਆਰੇ ਜਾਂਦੇ ਨੇ, ਸ਼ਨੀਵਾਰ ਸ਼ਾਮੀ ਵੀ ਜਾਂਦੇ ਨੇ, ਕੋਈ ਦਿਨ ਦਿਹਾੜਾ ਹੋਏ, ਗੁਰਪੁਰਬ ਹੋਏ, ਕੁਛ ਹੋਏ, ਬੱਚਿਆਂ ਜਨਮ ਦਿਨ ਸੈਲੀਬ੍ਰੇਟ ਕਰ ਦਿੰਦੇ ਆ, ਵੈਰੀ ਮੱਚ ਕਲੂਡ ਇਨ, ਜਿਹੜਾ ਲੋਕਲ ਗੁਰਦੁਆਰਾ ਉੱਥੇ ਉਹਦੇ ਨਾਲ ਕਾਫੀ ਕਲੂਡ ਇਨ ਹੈਗੇ ਨੇ, ਵਿਚ ਇਜ਼ ਆਲਸੋ ਵੈਰੀ ਹੀਲਿੰਗ, ਆਈ ਮੈਂ ਸੇ ਦੈਟ। ਤੋ ਉਹ ਆਪਣੇ ਆਪ ਉਹ ਇੱਕ ਹੀਲਿੰਗ ਹੁੰਦੀ ਹੈ, ਫੇਥ ਤੋਂ ਹੀਲਿੰਗ ਵੀ ਹੁੰਦੀ ਹੈ, ਅਤੇ ਆਈ ਥਿੰਕ ਉਹਨਾਂ ਦੀ ਹੀਲਿੰਗ ਨੈਚੁਰਲੀ ਕਾਫੀ ਸਾਲਾਂ ਤੋਂ ਧੀਰੇ ਧੀਰੇ ਹੋ ਹੀ ਰਹੀ ਹੈ, ਐਂਡ ਆਈ ਥਿੰਕ ਇਟ ਇਜ਼ ਐਨ ਔਨ ਗੋਇੰਗ ਪ੍ਰੋਸੈਸ ਵਿਚ ਇਜ਼ ਡੈਫੀਨੇਟਲੀ ਔਨ। But maybe the youngsters and, you know, who were born during 84, they are the ones who do not really, may not, everyone may not believe in the religion part of it. So, they are thoda jo vakho gaye hain, but I think most of them are believers in religion. Believers. Dhanwad, bahut-bahut, ye san Teena Kaur Parseet ਫਸਰੀਚਾ, ਜਿਹੜੇ ਕਿ ਇੰਡੀਪੈਂਡੈਂਟ ਫਿਲਮ ਮੇਕਰ ਨੇ, ਜਿਹੜੀ ਇਹਨਾਂ ਨੇ ਮੂਵੀ ਬਣਾਈ ਹੈ 1984 ਵੈਨ ਦ ਸਨ ਡਿਡਨਟ ਰਾਈਜ਼, ਉਹਦੇ ਬਾਰੇ ਸਾਰੀ ਗੱਲਬਾਤ ਸਾਡੇ ਦਰਸ਼ਕਾਂ ਦੇ ਸਾਹਮਣੇ ਇਹਨਾਂ ਨੇ ਰੱਖੀ ਹੈ, ਤਾਂ ਕਿਸ ਤਰ੍ਹਾਂ ਇੱਕ ਫਿਲਮ ਮੇਕਰ ਉਸ ਸਾਰੇ ਸਾਨੇ ਨੂੰ ਜਦੋਂ ਡਿਪਿਕਟ ਕਰਦਾ ਤਾਂ ਉਹ ਪਰਸਨਲੀ ਇਸ ਸਾਰੇ ਅਮਲ 'ਚੋਂ ਕਿੱਦਾਂ ਸਿੱਖਦਾ, ਉਸਨੂੰ ਇਹਨਾਂ ਨੇ ਦੱਸਣ ਦੀ ਕੋਸ਼ਿਸ਼ ਕੀਤੀ ਹੈ, ਅਤੇ ਉਹ ਜਿਹੜੇ ਸਾਰੇ ਸਰਵਾਈਵਰ ਨੇ 1984 ਦੇ, ਉਹਨਾਂ ਦੀਆਂ ਜ਼ਿੰਦਗੀਆਂ ਨੂੰ ਪਰਦਾ ਪੇਸ਼ ਕਰਕੇ ਇਹਨਾਂ ਨੇ ਉਸ ਸਾਰੇ ਹਾਲਾਤ ਨੂੰ ਬਿਆਨਣ ਦੀ ਕੋਸ਼ਿਸ਼ ਕੀਤੀ ਹੈ ਜਿਨ੍ਹਾਂ ਦੇ ਵਿੱਚੋਂ ਉਹ ਸਾਰੇ ਵਿਕਟਮਸ ਨੂੰ ਗੁਜ਼ਰਨਾ ਪਿਆ, ਅਤੇ ਅਸੀਂ ਉਮੀਦ ਕਰਦੇ ਹਾਂ ਕਿ ਜੋ ਦਰਸ਼ਕ ਨੇ, ਦਰਸ਼ਕਾਂ ਦਾ ਵੱਡਾ ਹਿੱਸਾ ਵੀ ਇਸ ਕਿਸਮ ਦੇ ਜਿਹੜੇ ਉੱਦਮ ਹੁੰਦੇ ਨੇ, ਇਸ ਕਿਸਮ ਦੀ ਜਿਹੜੀ ਫਿਲਮ ਸਾਜ਼ੀ ਹੈ, ਉਸ ਨੂੰ ਸਾਨੂੰ ਸਪੋਰਟ ਕਰਨਾ ਚਾਹੀਦਾ, ਤਾਂ ਕਿ ਇਸ ਕਿਸਮ ਦੇ ਜਿਹੜੇ ਚਾਹੇ ਉਹ ਕੌਮ ਦੇ ਮਸਲੇ ਨੇ ਜਾਂ ਇਸ ਲੈਵਲ 'ਤੇ ਜਿਹੜੇ ਸਾਨੇ ਨੇ, ਉਹਨਾਂ ਨੂੰ ਵੱਧ ਤੋਂ ਵੱਧ ਉਹਨਾਂ ਦੀ ਜਿਹੜੀ ਸਹੀ ਪੇਸ਼ਕਾਰੀ ਹੈ ਉਹ ਪੇਸ਼ਕਾਰੀ ਸੰਭਵ ਹੋ ਸਕੇ, ਅਤੇ ਇਸ ਸਾਰੇ ਅਮਲ ਦਾ, ਇਸ ਸਾਰੀ ਟ੍ਰੈਜਡੀ ਦਾ ਇੱਕ ਡਾਕੂਮੈਂਟੇਸ਼ਨ ਦਾ ਜਿਹੜਾ ਪ੍ਰੋਸੈਸ ਹੈ ਉਹ ਜਿਹੜਾ ਹੈਗਾ ਉਹ ਹੋ ਸਕੇ। ਤੋ ਇਹੀ, ਇਹ ਵੀ ਇੱਕ ਜਿਹੜੀ ਫਿਲਮ ਹੈ ਉਹ ਇੱਕ ਉਸ ਕਿਸਮ ਦਾ ਤਰੱਦਦ ਹੈ, ਅਤੇ ਅਸੀਂ ਉਮੀਦ ਕਰਦੇ ਹਾਂ ਕਿ ਦਰਸ਼ਕਾਂ ਨੂੰ ਸਾਡੀ ਗੱਲਬਾਤ ਪਸੰਦ ਆਈ ਹੋਏਗੀ। ਆਪਣੀ ਰਾਏ ਕਮੈਂਟਸ ਦੇ ਨਾਲ ਜ਼ਰੂਰ ਸਾਡੇ ਨਾਲ ਸਾਂਝੇ ਕਰੋ, ਅਤੇ ਅਗਲੇ ਐਪੀਸੋਡ ਤੱਕ ਸਾਨੂੰ ਦਿਓ ਇਜਾਜ਼ਤ। ਧੰਨਵਾਦ।